मच गए बाली बाली गर्मी अमरीका च भरावा। अज फिर अपने सरदार साहब ते आपां सारे चले आ अमेरिका। दिन बड़ा सोहना, गेट खुलदा है ते इस सोहने जे दिन की शुरुआत आपां फिर चंगी जी ट्रिप नाल करिए। परमात्मा दा नाम लेना जरूरी है जी, बहुत ज़्यादा। ते बाकी इत्थे मैं थोड़ा जिहा ज़्यादा ही हवा च आ गया सी, हुड खोलता सी खुली नहीं, बहुत औखा होया। देखो जी, बड़ा ट्रक चलाना शरीर भी तकड़ा होना चाहिए। वैसे मजाक करदा, ये ट्रक दी स्ट्रैप पाई हुई है जी, टुटिया हुई ने आपदे प्रैशर वालियां, ते इदां मैनूं ऐसी छड़दा तां डिगना पवे, टुटना जावे दुबारे। स्ट्रैपां ला के बन्निया होया हुड, वैसे इन्नी सख्त हुड नहीं हुंदी। सो देखदे हां खोलदे कि ना। नहीं नहीं बनी नहीं गल, नहीं जी हजे भी नहीं बनती गल। सो दो बंदे चाहिए जी आपां नूं, इत्थे आ जाओ। ਮੈਨੂੰ ਐਂ ਸੀ ਮੈਂ ਛੱਡਤੀ ਡਿੱਗ ਪਊਗੀ। ਖਤਮ, ਚੱਲ ਬਈ ਲਾ ਜੋ ਪਣੀ ਨਹੀਂ ਗੱਲ ਲੱਗਦਾ। ਸੋ ਫਾਈਨਲੀ 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 ਖੋਲ ਲਈ ਖੋਲ ਲਈ ਖੁੱਲ ਗਈ। ਸੋ ਇਹ ਆਪਾਂ ਹੁਣ ਇੰਸਪੈਕਸ਼ਨ ਕਰਾਂਗੇ। ਕੂਲੈਂਟ ਲੈਵਲ ਹੁੰਦਾ ਜੀ ਚੈੱਕ ਕਰਨਾ ਹੁੰਦਾ, ਆਪਣਾ ਇੰਜਨ ਆਇਲ ਵਗੈਰਾ ਚੈੱਕ ਕਰਨਾ ਆਪਾਂ ਨਾ ਇੰਜਨ ਆਇਲ। ਵੈਸੇ ਟਰੱਕ ਸਟਾਰਟ ਕੀਤਾ ਲੱਗਦਾ ਸੀ ਇਹਨਾਂ ਨੇ, ਅਤੇ ਇੰਜਨ ਆਇਲ ਉਹ ਸਟਾਰਟ ਨਹੀਂ ਹੋਣਾ ਚਾਹੀਦਾ, ਕਿਉਂਕਿ ਟਰੱਕ ਠੰਡੇ 'ਚ ਹੀ ਆਪਾਂ ਚੈੱਕ ਕਰਾਂਗੇ ਸਾਰਾ ਕੁਛ, ਕਮਾਣੀਆਂ ਵਗੈਰਾ ਨੀਚੋਂ ਹੈ ਨਾ, ਜੂ ਵੋਲਟ ਹੋ ਗਏ ਆਪਣੇ। ਇਹ ਬਹੁਤ ਜ਼ਰੂਰੀ ਨੇ, ਕੋਈ ਵੀ ਡਰਾਈਵਰ ਵੈਸੇ ਕਰਦਾ ਨਹੀਂ, ਜਲਦੀ ਜਲਦੀ ਭੱਜਣ ਦੀ ਹੋ ਜਾਂਦੀ ਆ। ਅਤੇ ਬਾਕੀ ਕੋਈ ਡਾਟਾ ਖੁੱਲ੍ਹਿਆ ਤਾਂ ਨਹੀਂ। ਆਹ ਡਰਾਈਵਰ ਸਾਡਾ ਕੰਪਨੀ ਦਾ ਤੋਂ ਨਿਕਲਣ ਲੱਗਿਆ ਸੀ, ਅਤੇ ਇਹਨੇ ਸਿੱਧਾ ਕਿ ਸਟਾਰਟ ਕਰ ਲਿਆ। ਇੱਦਾਂ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ ਆਪਾਂ ਨੂੰ, ਇੱਦਾਂ ਆਪਣੇ ਲਈ ਇਫੈਕਟ ਕਰਦਾ। ਕੋਈ ਆਪਣੀ ਕਲੰਪ ਖੁੱਲ੍ਹਿਆ ਹੋਵੇ ਨਹੀਂ, ਰੋਡ 'ਤੇ ਰੁਕਣ ਨਾਲੋਂ ਇੱਥੋਂ ਠੀਕ ਹੋ ਜਾਵੇ ਉਹ ਚੰਗੀ ਗੱਲ ਆ। 15 ਮਿੰਟ ਤੁਹਾਡੀ ਜਾਨ ਬਚਾ ਸਕਦੇ ਨੇ ਨਾ ਟਰੱਕ ਨੂੰ ਦਿੱਤੇ ਹੋਏ। ਅਤੇ ਖਾਸ ਕਰਕੇ ਸਪਰਿੰਗ ਲੀਫ ਜਿਹੜੀਆਂ ਕਮਾਣੀਆਂ ਹੁੰਦੀਆਂ ਨੇ, ਉਹਨਾਂ 'ਤੇ ਟਰੱਕ ਦਾ ਸਾਰਾ ਸਟੈਂਡ ਟਿਕਿਆ ਹੁੰਦਾ, ਉਹ ਜ਼ਰੂਰੀ ਆ। ਬਾਕੀ ਤੁਰ ਤਾਂ ਇੱਦਾਂ ਹੀ ਪੈਣਾ ਉਹਨੇ, ਆਸੇ ਪਾਸੇ ਜਾ ਕੇ ਕੋਈ ਨਾਲ ਡੈਮੇਜ ਵਗੈਰਾ, ਰਾਤ ਨੂੰ ਟਰੱਕ ਲਾ ਗਿਆ ਹੋਵੇ, ਟਰੱਕ ਨਾਲ ਆਪਣੇ ਢੱਕਣ ਹੋ ਗਏ ਟੈਂਕ ਦੇ, ਟਾਇਰ ਜ਼ਰੂਰੀ ਆ, ਚੈਂਬਰ ਪਿਛਲੇ ਆਪਣੇ ਬ੍ਰੇਕ ਚੈਂਬਰ, ਏਅਰ ਬੈਗ ਖੁੱਲ੍ਹੇ ਨੇ ਕਿ ਨਹੀਂ, ਆਪਦਾ ਟਰੱਕ ਦੇਖਣਾ ਜ਼ਰੂਰੀ ਆ। ਤੁਹਾਡੇ 'ਤੇ ਪਊਗੀ, ਤੁਸੀਂ ਚਲਾਉਣਾ ਹੈ ਨਾ। ਚਾਰੇ ਪਾਸੇ ਚੈੱਕ ਕਰਕੇ ਫਿਰ ਆਪਾਂ ਇੱਧਰਲੀ ਟੈਂਕੀ, ਕੋਈ ਨਟ ਖੁੱਲ੍ਹਾ ਨਾ ਹੋਵੇ, ਤਾਰਾਂ 'ਚ ਕੋਈ ਇਫੈਕਟ ਕੋਈ ਡੈਮੇਜ ਨਾ ਹੋਵੇ ਨਾ, ਅਤੇ ਇਹ ਆਪਾਂ ਸਾਰਾ ਕੁਛ ਦੇਖ ਲਿਆ। ਅਤੇ ਹੁਣ ਦੇਖ ਲਈਏ, ਤੇਲ ਚੈੱਕ ਕਰਦੇ ਨੇ ਸਰਦਾਰ ਸਾਹਿਬ। ਤੇਲ ਵੈਸੇ ਓਕੇ ਸੀ, ਅਤੇ ਹੁਣ ਚਾਲੇ ਪਾ ਦਈਏ। ਟ੍ਰੇਲਰ ਹੁੱਕ ਕਰਨਾ ਬਣਦਾ ਹੀ ਹੈ, ਇਕੱਲੇ ਤਾਂ ਜਾ ਨਹੀਂ ਸਕਦੇ। ਟ੍ਰੇਲਰ ਹੁੱਕ ਕਰਨਾ ਜੀ, ਪੋਲਾ ਜਿਹਾ ਕਰਕੇ ਬਸ ਹੁੱਕ ਦੀ ਮਾੜਾ ਜਿਹਾ ਸਾਈਨ ਵੱਜੂ। ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰਿਓ, ਵੀਡੀਓ ਚੱਲਦੀ ਰਹੂ, ਕੋਈ ਚੱਕਰ ਨਹੀਂ। ਅਤੇ ਹਜੋਕਾ ਮਰਵਾ ਕੇ ਆਪਾਂ, ਸਭ ਤੋਂ ਪਹਿਲਾਂ ਮੇਰਾ ਕੰਮ ਇਹ ਹੁੰਦਾ ਵੀ ਆਪਾਂ ਤਾਰਾਂ ਜੋੜਨੀਆਂ ਨੇ, ਲੈਂਡਿੰਗ ਏਅਰ ਬਾਅਦ ਚੱਕਣਾ। ਤਾਰਾਂ ਜੋੜਨ ਨਾਲ ਇਹ ਹੁੰਦਾ ਵੀ ਆਪਾਂ ਏਅਰ ਆਪਣੀ ਪ੍ਰੋਪਰ ਚਲੀ ਜਾਵੇ ਸਾਰੇ ਬੈਗਾਂ 'ਚ। ਕਈ ਵਾਰ ਕੀ ਹੁੰਦਾ ਏਅਰ ਟਾਈਮ ਲੈ ਲੈਂਦੀ ਹੈ ਨਾ, ਮੈਂ ਕਹੋ 1-1.5 ਮਿੰਟ ਮੈਂ ਜ਼ਰੂਰ ਦਿੰਦਾ ਏਅਰ ਪ੍ਰੋਪਰ ਜਾਵੇ। ਕਈ ਵਾਰ ਕੋਈ ਨਾ ਕੋਈ ਇਫੈਕਟ ਹੁੰਦਾ ਨਾ, ਅਤੇ ਏਅਰ ਬੈਗ ਖੁੱਲ੍ਹਦੇ ਨਹੀਂ, ਫਿਰ ਏਅਰ ਬੈਗ ਨਹੀਂ ਖੁੱਲ੍ਹਦੇ ਤਾਂ ਫਿਰ ਬ੍ਰੇਕ ਚੈਂਬਰ ਸਾਰੇ ਉਹ ਲਾਲ ਹੋ ਜਾਂਦੇ ਨੇ ਅਤੇ ਕੰਮ ਖਰਾਬ ਹੋ ਜਾਂਦਾ। ਬ੍ਰੇਕ ਨਹੀਂ, ਜੇ ਆਪਣੇ ਏਅਰ ਬੈਗ ਨਹੀਂ ਖੋਲ੍ਹਣਗੇ ਤਾਂ ਆਪਣਾ ਟਾਇਰ ਨਹੀਂ ਘੁੰਮੂਗਾ। ਸੋ ਏਅਰ ਲਾਈਨ ਲਾ ਕੇ ਅਗਲੀ ਕਾਰਵਾਈ ਫੇਰ ਕਰਦੇ ਹਾਂ ਜੀ। ਘੁਮਾ ਦੇ ਘੁਮਾ ਦੇ ਘੁਮਾ ਦੇ, ਜਲਦੀ ਕਰ, ਟਾਈਮ ਹੈ ਨਹੀਂ ਆਪਣੇ ਕੋਲ ਕਾਕਾ ਜੀ, ਟਾਈਮ ਹੈ ਨਹੀਂ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੇਂਡੂ ਕਨੇਡੀਅਨ ਚੈਨਲ ਦੇਖਦੇ ਹੋਏ ਸਾਰੇ ਸੱਜਣ ਮਿੱਤਰਾਂ ਨੂੰ ਮੇਰੇ ਵੱਲੋਂ ਸਲਾਮ ਸਤਿ ਸ਼੍ਰੀ ਅਕਾਲ ਅਤੇ ਅੱਜ ਦਾ ਵਲੌਗ ਉਹੀ ਫਿਰ ਦੁਬਾਰੇ ਅਮਰੀਕਾ ਨੂੰ ਅਮਰੀਕਾ ਕਾਹਦਾ ਭਰਾਵਾ ਪਿੰਡ ਇੱਥੋਂ ਖੇਤ ਬਣਾ ਰੱਖਿਆ ਖੇਤ ਘਰੇ ਪੈਨਸਲਵੇਨੀਆ ਮਿਸ਼ੀਗਨ ਅਸੀਂ ਬਣਾਤੇ ਖੇਤ ਅਤੇ ਇਹ ਆਪਾਂ ਨੂੰ ਹੁਣ ਲਗਭਗ 9 ਘੰਟੇ ਦੀ ਬਾਟ ਅੰਡਿਆਨਾ ਸਿਟੀ ਜਾਣੀ ਹੈ ਸਟੇਟ ਅੰਡਿਆਨਾ ਸਿਟੀ ਹੋਰ ਆ ਅਤੇ ਆਪਾਂ ਹੁਣ ਚੱਲੇ ਲੋਡ ਲਾਡ ਸਾਰਾ ਕੁਛ ਦੇਖਦੇ ਹਾਂ ਟ੍ਰੇਲਰ ਚੱਕ ਕੇ ਟਰੱਕ 'ਚ ਬਹਿ ਗਏ ਆਪਾਂ ਆ ਕੇ ਨਿਕਲਦੇ ਹਾਂ ਫਿਰ ਪੇਂਡੂ ਬੰਦੇ ਅਤੇ ਪੇਂਡੂ ਮੈਨੂੰ ਪੁੱਛਦੇ ਤੂੰ ਪਰਨਾ 21 ਬੰਨਿਆ ਹੁੰਦਾ ਮੈਂ ਕਿਹਾ ਭਾਈ ਇਹ ਸਾਡੇ ਮਾਲਵੇ ਨੂੰ ਪ੍ਰੈਜੈਂਟ ਕਰਦਾ ਸਮੋਸਾ ਕਹਿੰਦੇ ਜਿਹਨੂੰ ਪਰਨਾ ਕਹਿੰਦੇ ਨੇ ਜਿਹਨੂੰ ਕਹਿੰਦੇ ਨੇ ਹੋਰ ਕਹਿੰਦੇ ਨੇ ਚਾਦਰਾ ਲਾ ਲੈਂਦੇ ਜਿਹਦਾ ਅਤੇ ਹੁਣ ਆਪਾਂ ਚੱਲੀਏ ਸਮਾਨ ਥੋੜ੍ਹਾ ਜਿਹਾ ਆਪਣੇ ਕੋਲ ਹੁਣ ਫਰਿੱਜ 'ਚ ਰੱਖ ਦਈਏ ਆਪਾਂ ਸਮਾਨ ਸਾਰਾ ਖਰਾਬ ਹੋਣ ਵਾਲਾ ਨਹੀਂ ਅਤੇ ਬਾਹਰ ਗਰਮੀ ਲਗਭਗ 33 ਡਿਗਰੀ ਟੈਂਪਰੇਚਰ ਅੱਜ ਅਤੇ ਅਮੈਰੀਕਾ 'ਚ ਤਾਂ ਹੋਰ ਵੀ ਬਹੁਤ ਜ਼ਿਆਦਾ ਗਰਮੀ ਹੈ ਕਿਉਂਕਿ ਅਮੈਰੀਕਾ ਜ਼ਿਆਦਾ ਗਰਮ ਆ ਬਹੁਤ ਜ਼ਿਆਦਾ ਲਗਭਗ ਐਜ਼ ਜਿਵੇਂ ਪੰਜਾਬ ਵਰਗੀ ਆ ਸਾਰੀਆਂ ਫਸਲਾਂ ਵੀ ਉੱਥੇ ਤਾਂ ਹੀ ਹੁੰਦੀਆਂ ਨੇ ਅਤੇ ਆਪਾਂ ਹੁਣ ਨਿਕਲਦੇ ਹਾਂ ਬਹੁਤ ਗਰਮੀ ਹੈ ਬਹੁਤ ਜ਼ਿਆਦਾ ਅਤੇ ਨਾਲ ਨਾਲ ਮੇਰੇ ਬਣੇ ਰਹੋ ਅਤੇ ਆਪਾਂ ਦੇਖਦੇ ਹਾਂ ਅਤੇ ਚੱਲੀਏ ਫਿਰ ਅੱਜ ਅਮਰੀਕਾ 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 ਦੇਖੀਏ ਕੀ ਕੁਛ ਆਪਾਂ ਨੂੰ ਅੱਜ ਗਿਫਟ ਦੇ ਵਿੱਚ ਮਿਲਿਆ ਬੈਗ ਫੁੱਲ ਕਰਕੇ ਲੰਘ ਦੇਈਦਾ ਪਤਾ ਨਹੀਂ ਕਿੱਧਰ ਦੀ ਕਿੱਧਰ ਨਿਕਲਣਾ ਪੈ ਜਾਏ ਲਓ ਜੀ ਜੂਸ ਵਾਹ ਵਾਹ ਲਓ ਜੀ ਪਹਿਲਾਂ ਤਾਂ ਆਹ ਸਿੱਟ ਦਈਏ ਆਪਾਂ ਇਹ ਆਪਣੇ ਕੰਮ ਦਾ ਨਹੀਂ ਹੈਗਾ ਗਾਵਾ ਜੂਸ ਅੰਦਰ ਹੋ ਦੁੱਧ ਜੀ ਉਹ ਤੇਰੀ ਨੂੰ ਦੁੱਧ ਨੂੰ ਇਹ ਵੀ ਖਰਾਬ ਨਾ ਹੋ ਜਾਵੇ ਅਤੇ ਇਹ ਟੰਬਲਰ ਬਾਕੀ ਦਾਲਾਂ ਆਪਣਾ ਦਲੀਆ ਹੋ ਗਿਆ ਫਰਿੱਜ 'ਚ ਮਸ਼ਰੂਮ ਦੀ ਸਬਜ਼ੀ ਇਹ ਵੀ ਅੰਦਰ ਅਤੇ ਚਾਵਲ ਵੀ ਵਿੱਚ ਰੱਖ ਲੈਣੇ ਖਰਾਬ ਨਾ ਹੋ ਜਾਣ ਚਾਵਲ ਤਾਂ ਫਿਰ ਤੁਹਾਨੂੰ ਕਹਿ ਦੇਣਾ ਮੈਂ ਕਹਿੰਦਾ ਵੀ ਤੁਸੀਂ ਭਾਈ ਵੱਡੇ ਸ਼ਹਿਰਾਂ ਵਾਲੇ ਹੋ ਸਾਡੇ ਤਾਂ ਚੌਲ ਲਓ ਜੀ ਉਹ ਸੀ ਹੈਗੀ ਆਪਣੀ ਫਲੀਆਂ ਦੀ ਸਬਜ਼ੀ ਬਾਕੀ ਆਪਣੇ ਆਂਡੇ ਹੋ ਗਏ ਉਬਾਲੇ ਹੋਏ ਵੈਸੇ ਟਰੱਕ ਸਟੋਪ ਤੋਂ ਹੀ ਮਿਲ ਜਾਂਦੇ ਨੇ ਪਰ ਆਪਾਂ ਬਾਹਰੋਂ ਲੈ ਲੈਣੇ ਆਪਾਂ ਘਰੋਂ ਲੈ ਲਈਦਾ ਲਓ ਜੀ ਰੋਟੀਆਂ ਵਿੱਚ ਪਈਆਂ ਰਹਿਣ ਦਿਓ ਇਹਦੇ 'ਚ ਦੇਖਦੇ ਹਾਂ ਕੀ ਆ ਬੱਲੇ ਬੱਲੇ ਜੀ ਬੱਲੇ ਬੱਲੇ ਇਹ ਆਪਣਾ ਹੈਗਾ ਚਾਹ ਵਾਲਾ ਕੇਲੇ ਬਾਹਰ ਰੱਖ ਦਈਏ ਅਤੇ ਸਟ੍ਰੋਬੇਰੀ ਉਹ ਤੇਰੀ ਨੂੰ ਫਰਿੱਜ ਛੋਟਾ ਆਪਣਾ ਸਮਾਨ ਬਾਹਲਾ ਹੋ ਗਿਆ ਅਤੇ ਭਰ ਗਿਆ ਜੀ ਸਾਰਾ ਖੜ ਜਾਓ ਗਏ ਲਓ ਜੀ ਆਹ ਛੋਟੇ ਦੁੱਧ ਪੀਣ ਵਾਸਤੇ ਪੈਸੇ ਕਈ ਵਾਰੀ ਬੰਦੇ ਦਾ ਪੀਣ ਨੂੰ ਜੀ ਕਰਿਆ ਆਉਂਦਾ ਬਾਹਰੋਂ ਅੱਗ ਸਵਾ ਖਾਣ ਨਾਲੋਂ ਐਪਲ ਬਾਹਰ ਰੱਖ ਦਿੰਦੇ ਆਪਾਂ ਘਰ ਦੀ ਚੀਜ਼ ਖਾਓ ਅਤੇ ਕਦੇ ਬਿਮਾਰ ਨਾ ਹੋ ਠੀਕ ਆ ਸਪਰਾਈਟ ਲਿਆਂਦਾ ਪਿਆ ਸੀ ਘਰ ਚੱਕ ਲਿਆ ਮੈਂ ਵੈਸੇ ਮੈਂ ਘੱਟ ਪੀਣਾ ਚਲੋ ਕੋਈ ਚੱਕਰ ਨਹੀਂ ਗਰਮੀ ਬਾਹਲੀ ਆ ਕਦੇ ਮੂੰਹ ਵੱਜ ਜਾਂਦਾ ਹੁੰਦਾ ਆਹ ਕੱਪੜੇ ਹੋ ਗਏ ਬਾਕੀ ਆਪਣੀ ਆਹ ਕਿਤਾਬ ਆ ਜਿਹੜੀ ਪੜ੍ਹਨੀ ਆਪਾਂ ਚਰਚਾ ਦੇ ਵਿੱਚ ਸੀ ਜੀ ਸ਼ਸ਼ੀਪਾਲ ਸਮੁੰਦਰ ਆ ਕੈਲੀਫੋਰਨੀਆ ਲਓ ਜੀ ਲੈਟਸ ਗੋ ਟੂ ਅਮਰੀਕਾ ਹੁਣ ਤੁਰਨਾ ਹੈ ਆਪਾਂ ਲੋਡ ਪੇਪਰ ਦੇਖ ਲੈਣੇ ਪਹਿਲਾਂ ਆਪਦੇ ਮੈਨੂੰ ਵੇਟ ਦੀ ਥੋੜ੍ਹੀ ਜੀ ਡਾਊਟ ਸੀ ਪਰ ਵੇਟ ਸਹੀ ਆ 11:40 ਮੂਹਰੇ ਆ 1200-1200 ਤੋਂ ਘੱਟ ਹੋਣਾ ਚਾਹੀਦਾ ਆਹ 34 ਤੋਂ ਘੱਟ ਹੋਣਾ ਚਾਹੀਦਾ ਵੀ 34 ਤੋਂ ਘੱਟ ਤਾਂ ਓਕੇ ਆ ਗਰੋਸ ਵੇਟ 80 ਤੋਂ ਘੱਟ ਹੋਣਾ ਚਾਹੀਦਾ ਐਡਰੈਸ ਵਗੈਰਾ ਲਿਖਿਆ ਹੋਇਆ ਤੇ ਚਲੋ ਚੱਲੀਏ ਸੁਨੀਆਂ ਗਲੀਆਂ ਪਈਆਂ ਬ੍ਰੈਂਪਟਨ ਦੀਆਂ ਆ ਜਾਵੇ ਟਰੱਕ ਲੈ ਕੇ ਲਓ ਵੀ ਸੁਣਨਾ ਪਿਆ ਅੱਜ ਛੁੱਟੀ ਆ ਮੰਡੇ ਪਰ ਆਪਾਂ ਡਿਲੀਵਰੀ ਕੱਲ ਨੂੰ ਕਰਨੀ ਆ ਸੋ ਛੁੱਟੀ ਵਾਲੇ ਦਿਨ ਨਿਕਲੇ ਫਾਇਦਾ ਘੱਟ ਟ੍ਰੈਫਿਕ ਹੁੰਦੀ ਆ ਤੇਲ ਪਵਾ ਲਈਏ ਇੱਥੋਂ ਬੀਬੜੀ ਤੋਂ ਲਓ ਜੀ ਬੀਬੜੀ ਬੀਬਾ ਰਾਣੀ ਲਓ ਜੀ ਆਪਾਂ ਪਵਾ ਲਈਏ ਤੇਲ ਹੁਣ ਪਵਾਲੇ ਤੇਰੇ ਮਹਾਂਪੁਰਸ਼ ਦੇ ਕਿਵੇਂ ਖੜਾ ਪੁੱਠਾ ਹੀ ਆਇਆ ਖੜਾ ਇਹਨੂੰ ਕਹਿੰਦੇ ਆ ਭਾਈ ਸਿੱਧਾ ਦੇ ਪੁੱਠਾ ਲੰਘਣਾ ਲਓ ਜੀ ਆਪਾਂ ਖੜਾ ਲਈਏ ਇੱਥੇ ਬੇਟਿੰਗ 'ਚ ਅਤੇ ਆਹ ਲਓ ਜੀ ਜਿਹੜਾ ਆਹ ਟਰੱਕ ਹੁੰਦਾ ਨਾ ਆਹ ਵਾਲਾ ਇਹਨਾਂ ਦੇ ਵਿੱਚ ਆਉਂਦੀਆਂ ਗਾਈਆਂ ਅਤੇ ਸੂਰ ਬਾਕੀ ਜਾਨਵਰ ਖਾਲੀ ਆ ਵੈਸੇ ਹੁਣ ਤਾਂ ਇਹਨਾਂ 'ਚ ਜਾਂਦੀਆਂ ਨੇ ਗਾਈਆਂ ਜਿੱਦਾਂ ਲੋਕ ਜ਼ਿਆਦਾ ਰੱਖਦੇ ਨੇ ਅਤੇ ਇੱਦਾਂ ਵੜਦੇ ਜਿਹੜੇ ਬੀਫ ਵਗੈਰਾ ਬਣਦੀ ਹੈ ਅਤੇ ਉੱਦਾਂ ਇੱਦਾਂ ਦਾ ਚੱਕਰ ਹੁੰਦਾ ਫਿਰ ਪਵਾਈ ਜਾਂਦੇ ਹਾਂ ਕੈਨੇਡਾ ਦੇ ਵਿੱਚ ਤੇਲ ਪੈਂਦਾ ਪਹਿਲਾਂ ਇੱਕ ਪਾਸੇ ਫਿਰ ਦੂਜੇ ਪਾਸੇ ਅਮਰੀਕਾ ਦੇ ਵਿੱਚ ਦੋਨੇ ਪਾਸੇ ਪੈਂਦਾ ਅਤੇ
ਅਮਰੀਕਾ ਦੇ ਵਿੱਚ ਕਾਰਡ ਵੀ ਹੈਗੇ ਨੇ ਆਪਣੇ ਕੋਲ ਜਿਨ੍ਹਾਂ ਨੂੰ ਵਾਲਾ ਆਪਾਂ ਨੂੰ ਸ਼ਾਵਰ ਮਿਲਦੇ ਆ ਜਿਉਂ ਜਿਉਂ ਆਪਾਂ ਤੇਲ ਪਵਾਈ ਜਾਂਦੇ ਆਪਾਂ ਨੂੰ ਬੈਨੀਫਿਟ ਜਿਵੇਂ ਨਹਾਉਣ ਵਾਲਾ ਫ੍ਰੀ ਆ ਇੱਕ ਵਾਰੀ ਨਹਾ ਸਕਦੇ ਹਾਂ ਦੋ ਵਾਰੀ ਡਰਿੰਕਸ ਫ੍ਰੀ ਨੇ ਕੈਨੇਡਾ ਦੇ ਵਿੱਚ ਅਸੀਂ ਨਹਾ ਸਕਦੇ ਹਾਂ ਫ੍ਰੀ 'ਚ ਪਰ ਡਰਿੰਕਸ ਵਗੈਰਾ ਤਾਂ ਇੱਦਾਂ ਕੁਛ ਨਹੀਂ ਹੁੰਦਾ ਬੀਬੀਡੀ ਵੱਲੋਂ ਬਾਕੀ ਹਰੇਕ ਕੰਪਨੀ ਦੇ ਅਲੱਗ ਅਲੱਗ ਕਾਰਡ ਨੇ ਉਹ ਬਾਈ ਤੇਲ ਪਵਾਈ ਜਾਂਦਾ ਫਿਰ ਆਪਾਂ ਤੇਲ ਪਵਾਉਂਦੇ ਹਾਂ ਤੇਲ ਗੱਡੀ 'ਚ ਫੁੱਲ ਕਰਾ ਕੇ ਤੋਰੀ ਦੀ ਆ ਆਹ ਹੁੰਦਾ ਵੀ ਜਿਹੜਾ ਇਹ ਹੁੰਦਾ ਭਾਈ ਫਲੈਟ ਬੈੱਡ ਇਹਦੇ ਪੈਸੇ ਵੱਧ ਬਣਦੇ ਆ ਇੱਕ ਲੋਅਰ ਡੈੱਕ ਹੁੰਦਾ ਉਹਦੇ ਇੱਦੂ ਵੱਧ ਬਣਦੇ ਆ ਮੌਸਮ ਤੁਹਾਡੀ ਕਿਰਪਾ ਨਾਲ ਠੰਡਾ ਹੋ ਗਿਆ ਦੇਖ ਲਈ ਗੜਬੜ ਤਾਂ ਨਹੀਂ ਕੋਈ ਟੈਰਾਂ ਟੂਰਾਂ 'ਚ ਆਈ ਜਾਂਦੀ ਸੀ ਜੀ ਮੈਨੂੰ ਹਵਾ ਜੀ ਆਈ ਜਾਂਦੀ ਸੀ ਇੱਧਰੋਂ ਓਕੇ ਆ ਜੀ ਸਾਰਾ ਕੁਛ ਜਦੋਂ ਖੜੋ ਆਉਂਦਾ ਟਰੱਕ ਚਾਰੇ ਪਾਸੇ ਚੈੱਕ ਕਰੋ ਸਕੇਲ ਕਰਾਉਣ ਦੀ ਲੋੜ ਨਹੀਂ ਇਹਨਾਂ ਨੂੰ ਬਹੁਤ ਵਧੀਆ ਧੰਨਵਾਦ ਇਹਨਾਂ ਦਾ ਮਹਾਂਪੁਰਸ਼ਾਂ ਦਾ ਉਹ ਜੀ ਤੇਲ ਪੈ ਰਿਹਾ ਇਹ ਪੀਟਰ ਵੈਲਟ ਖੜਾ ਜੀ ਇਹ ਟੋ ਟਰੱਕ ਜਦੋਂ ਟਰੱਕ ਫਸ ਜੇ ਫਿਰ ਇਹ ਕੱਢ ਕੇ ਲਿਆਉਣਾ ਹੁੰਦਾ ਇਹ ਟੋ ਟਰੱਕ ਹੁੰਦਾ ਇੱਕ ਪਾਸੇ ਭਰ ਗਿਆ ਇੱਕ ਪਾਸੇ ਲਗਭਗ 300 ਲੀਟਰ ਪੈ ਗਿਆ ਸੀ ਅਤੇ ਦੇਖਦੇ ਹਾਂ ਕਿੰਨੇ ਦਾ ਪੈਂਦਾ ਸਾਰਾ ਟੋਟਲ ਅਤੇ ਛੱਡ ਕੇ ਕਿਤੇ ਨਹੀਂ ਜਾਣਾ ਹੁੰਦਾ ਕੋਲੇ ਖੜੇ ਰਹਿ ਕੇ ਟਰੱਕ ਦੇ ਕਈ ਵਾਰੀ ਸਪਿੱਲ ਹੋ ਜਾਂਦਾ ਵਾ ਥੱਲੇ ਖਿੰਡ ਜਾਂਦਾ ਅਤੇ ਫਿਰ ਆਪਾਂ ਨੂੰ ਖਰਚਾ ਵਰਚਾ ਭਰਨਾ ਪੈਂਦਾ ਕੋਲੇ ਰਹੋ ਟਰੱਕ ਦੇ ਉਹਨਾਂ ਚਿਰ ਲਓ ਜੀ 612 ਲੀਟਰ ਪਾਇਆ ਆਪਾਂ 100 ਲੀਟਰ ਪਹਿਲਾਂ ਸੀਗਾ $612 ਦਾ 100 ਲੀਟਰ ਪਹਿਲਾਂ ਪੈਸੇ ਇਹਦੇ 'ਚ 700 ਲੀਟਰ ਦੀ ਟੈਂਕੀ 'ਚ 800 ਲੀਟਰ ਪੈਂਦਾ ਇਹਦੇ 'ਚ ਹੁਣ ਡੈਪ ਪਵਾਉਣੀ ਹੈ ਡੈਪ ਹੈ ਨਾ ਪੁਰਾਣੇ ਟਰੱਕਾਂ 'ਚ ਇਹ ਵੀ ਹੁੰਦਾ ਹੀ ਆ ਉਹ ਦੇਖ ਲਓ ਜੀ ਟ੍ਰੈਫਿਕ ਨੇ ਚਿੱਬ ਕੱਢੇ ਪਏ ਨੇ ਅੱਧੇ ਘੰਟਾ ਹੋ ਗਿਆ ਟ੍ਰੈਫਿਕ 'ਚ ਫਸੇ ਨੂੰ ਬਹੁਤ ਜ਼ਿਆਦਾ ਟ੍ਰੈਫਿਕ ਆ ਬਹੁਤ ਜ਼ਿਆਦਾ ਕੀ ਕਹਿ ਸਕਦੇ ਹਾਂ ਭਾਈ ਹੁਣ ਲੇਟ ਹੋ ਜੇ ਕਿਤੇ ਹੁਣ ਆਪਾਂ ਬਾਰਡਰ 'ਤੇ ਜਾ ਕੇ ਰੋਕਦੇ ਹਾਂ ਠੀਕ ਆ ਤੇਲ ਤੂਲ ਪਵਾਇਆ ਹੋਇਆ ਆਪਣਾ ਆ ਟ੍ਰੈਫਿਕ 'ਚੋਂ ਨਿਕਲੀਏ ਯਾਰ ਫਸ ਗਏ ਪਤਾ ਨਹੀਂ ਕਿੱਦੇ ਬਣੂਗਾ ਰੋਡ ਜਿਹਾ ਚਲੋ ਕੋਈ ਚੱਕਰ ਨਹੀਂ ਹੌਲੀ 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 ਚੱਲੀ ਜਾਂਦੇ ਹਾਂ ਭਾਈ ਉਹ ਜੀ ਸੈਲ ਹੋ ਕੇ ਡਾਊਨ ਆਪਣੇ ਥੋੜ੍ਹੇ ਜਿਹੇ ਮੈਂ ਕਿਹਾ ਚੱਲ ਰੋਟੀ ਖਾ ਲਈਏ ਭੁੱਖ ਲੱਗਿਆ ਜੀ ਯਾਰ ਅਤੇ ਟਰੱਕ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਜਗ੍ਹਾ ਨਹੀਂ ਹੈਗੀ ਥੋੜ੍ਹਾ ਜਿਹਾ ਅੱਗੇ ਜਾ ਕੇ ਲਾ ਦਾਂਗੇ ਨਿਕਲਣ ਵੇਲੇ ਪਿੱਛੇ ਵੀ ਸੀਗੀ ਜਗ੍ਹਾ ਤਾਂ ਪਰ ਗਾਹਾਂ ਲਾ ਦਿੰਦੇ ਹਾਂ ਖਾਂਦੇ ਚੌਲ ਚੂਲ ਖਾਂਦੇ ਯਾਰ ਭੁੱਖ ਲੱਗੇ ਅਜੇ 4 ਘੰਟੇ ਹੋਏ ਚਲਾਉਂਦੇ ਨੂੰ ਹਾਂ 3 ਘੰਟੇ ਹੋਏ ਖਾ ਲਈਏ ਭੁੱਲ ਕੇ ਲਓ ਜੀ ਆਪਾਂ ਕਰਦੇ ਹੁਣ ਗੱਲਾਂ ਥੋੜ੍ਹਾ ਜਿਹਾ ਸਾਰੇ ਪੁੱਛਦੇ ਰਹਿੰਦੇ ਆਪਾਂ ਫਿਰ ਇੱਕ ਇੱਕ ਕਰਕੇ ਗੱਲਾਂ ਦਾ ਆਨਸਰ ਦੇ ਦਿੰਦੇ ਹਾਂ ਅੱਜ ਤੁਹਾਨੂੰ ਮੈਂ ਕੁਛ ਗੱਲਾਂ ਹੀ ਦੱਸਦਾ ਕਿਉਂਕਿ ਸਾਰਿਆਂ ਨੇ ਬੈਨੀਫਿਟ ਹੀ ਦੇਖੇ ਨੇ ਟਰੱਕ ਦੇ ਪਰ ਟਰੈਕਿੰਗ ਜੋਬ ਇੱਕ ਬਹੁਤ ਰਿਸਕ ਵਾਲੀ ਜੋਬ ਆ ਕਿਉਂਕਿ ਪਤਾ ਨਹੀਂ ਕਿੱਥੇ ਰੋਡ 'ਤੇ ਕੀ ਹੋ ਜੇ ਐਕਸੀਡੈਂਟ ਤੁਸੀਂ ਦੇਖਦੇ ਰਹਿੰਦੇ ਹੋ ਸਾਰੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀਡੀਓ ਪਾਉਂਦੇ ਨੇ ਟਰੈਕਿੰਗ 'ਤੇ ਵੀ ਹਾਂ ਯਾਰ ਬੜੇ ਨਜ਼ਾਰੇ ਨੇ ਪੈਸੇ ਬਣਦੇ ਆ ਫਲਾਨਾ ਨਾ ਪਰ ਲੋਕ ਜਾਨਾਂ ਵੀ ਗਵਾ ਲੈਂਦੇ ਨੇ ਕਿਤੇ ਨਾ ਕਿਤੇ ਡਿਸਟਰੈਕਟਿੰਗ ਡਰਾਈਵਿੰਗ ਕਰਦੇ ਨੇ ਟਰੱਕ ਚਲਾਉਂਦੇ ਵੇਲੇ ਯੂਟਿਊਬ ਵਗੈਰਾ ਦੇਖਣਾ ਜਾਂ ਕੁਛ ਇੱਦਾਂ ਦੀ ਕੋਈ ਚੀਜ਼ ਦੇਖਣੀ ਨਾ ਜਿਹਦੇ ਨਾਲ ਬੰਦੇ ਦਾ ਐਕਸੀਡੈਂਟ ਹੁੰਦਾ ਪਿੱਛੇ ਪਰਿਵਾਰ ਹੁੰਦਾ ਬਾਕੀ ਉੱਦਾਂ ਵੀ ਇਹ ਦੋਨੇ ਟੈਂਕੀਆਂ 'ਚ ਲਗਭਗ 500 ਲੀਟਰ ਤੇਲ ਆ ਕੀ ਪਤਾ ਕਦੋਂ ਕੀ ਹੋ ਜੇ ਸੋ ਇਹ ਇੱਕ ਪਰਮਾਣੂ ਬੰਬ ਹੀ ਹੈ ਤਰ੍ਹਾਂ ਦਾ ਟਰੱਕਿੰਗ 'ਚ ਸਾਰੇ ਆਉਣਾ ਚਾਹੁੰਦੇ ਨੇ ਪਰ ਇੱਕ ਗੱਲ ਦਾ ਖਿਆਲ ਰੱਖਿਓ ਵੀ ਰਿਸਕ ਬਹੁਤ ਵੱਡਾ ਕਦੇ ਜੈਕ ਨਾਈਫ ਹੋ ਜਾਂਦਾ ਸਨੋ 'ਚ ਕਦੇ ਕੁਛ ਹੋ ਜਾਂਦਾ ਨਾ ਅਤੇ ਇਹ ਚੀਜ਼ਾਂ ਤੋਂ ਅਵੇਅਰ ਰਹਿਣਾ ਡਰਾਈਵਿੰਗ ਕਰਦੇ ਕਦੇ ਇਹਨੂੰ ਈਜ਼ੀ ਨਹੀਂ ਲੈਣਾ ਟਰੈਕਿੰਗ ਨੂੰ ਵੀ ਹਾਂ ਅਸੀਂ ਸੌਖੇ ਆ ਨਜ਼ਾਰੇ ਨਾਲ ਪਰ ਹਮੇਸ਼ਾ ਅਵੇਅਰ ਰਹਿਣਾ ਫੋਨ 'ਚ ਧਿਆਨ ਘੱਟ ਤੋਂ ਘੱਟ ਉਹਦਾ ਠੀਕ ਆ ਬਾਕੀ ਹੈੱਡਫੋਨ ਲੱਗੇ ਹੋਣ ਬਸ ਇੱਥੋਂ ਹੀ ਆਨਸਰ ਦੇ ਦੇਣਾ ਆਪਾਂ ਅਤੇ ਇੱਥੇ ਫੋਨ ਕੱਟ ਦੇਣਾ ਇਹ ਗੱਲਾਂ ਦਾ ਖਾਸ ਖਿਆਲ ਰੱਖਣਾ ਬਾਕੀ ਸਾਰੇ ਇੱਕ ਗੱਲ ਪੁੱਛਦੇ ਨੇ ਵੀ ਆ ਮੈਨੂੰ ਬਹੁਤੇ ਹੁਣ ਵੀ ਮੈਸੇਜ ਕਰਦੇ ਇੰਸਟਾਗ੍ਰਾਮ 'ਤੇ ਵੀ ਅਸੀਂ ਜੋਬ ਲੈਣੀ ਹੈ LMI ਲੈਣੀ ਹੈ ਅਸੀਂ ਇੰਡੀਆ ਤੋਂ LMI ਕਦੇ ਨਹੀਂ ਦਿੰਦੀ ਸਰਕਾਰ ਇੰਡੀਆ ਤੋਂ ਕਿਉਂਕਿ ਇੱਥੇ ਬਥੇਰੇ ਬੈਠੇ ਟਰੱਕਾਂ ਵਾਲੇ ਤਾਂ LMI ਇੱਥੇ ਲੈ ਕੇ ਆ ਸਕਦੇ ਹੋ ਇੰਡੀਆ ਤੋਂ ਤੁਹਾਨੂੰ ਟਰੈਕਿੰਗ 'ਚ LMI ਲਈ ਕੋਈ ਨਹੀਂ ਸਪੋਂਸਰ ਕਰਦਾ ਲੈਣ ਤਾਂ ਇੱਥੇ ਪਹਿਲਾਂ ਲੱਗੀ ਪਈ ਆ ਹੈ ਨਾ ਤੁਹਾਡੇ ਵਾਸਤੇ ਕੀ ਬਚੂ ਇਹਨਾਂ ਕੋਲ ਸੋ ਇੱਥੇ ਆਓ ਇੱਥੇ ਆ ਕੇ ਸੌਖਾ ਹੋਜੂ ਸਾਰਾ ਕੁਛ ਫਿਰ ਪੁੱਛਣਗੇ ਇੱਥੇ ਆ ਜੋਬ ਦਾ ਹੱਲ ਹੋ ਜਾਂਦਾ ਸਾਰਾ ਯਾਰ ਓਬਵੀਅਸਲੀ ਹੋਊਗਾ ਹੱਲ ਇੱਕ ਵਾਰੀ ਆਓ ਤਾਂ ਸਹੀ
ਪਹਿਲੀ ਟੈਨਸ਼ਨ ਫੜ ਰੱਖੀ ਆ ਆਪਾਂ ਵੀ ਹਾਂ ਆਪਣੀ ਜੌਬ ਦਾ ਕੀ ਬਣੂ ਆਪਣੇ ਇਹਦਾ ਕੀ ਬਣੂ ਬਾਕੀ ਜਿਹੜੀਆਂ ਮੈਂ ਵੀਡੀਓ ਪਾਈਆਂ ਹੋਈਆਂ ਨਾ ਸਾਰੀਆਂ ਪਲੀਜ਼ ਦੇਖੋ ਆਪਣੇ ਟਰੈਕਿੰਗ ਤੇ ਲਾਇਸੈਂਸ ਕਿਵੇਂ ਲੈਣਾ ਅੱਧੇ ਤਾਂ G1 G2 ਹੀ ਪੁੱਛੀ ਜਾਂਦੇ ਨੇ ਹੈ ਨਾ ਵੀਡੀਓ ਵੀ ਦੇਖੋ ਵੀਡੀਓ ਦੇਖ ਕੇ ਤੁਹਾਨੂੰ ਸਾਰਾ ਕੁਛ ਮੈਂ ਆਲਰੇਡੀ ਬਣਾਇਆ ਪਿਆ ਵੀਡੀਓ ਦੇਖੋ ਅਤੇ ਉਹਨਾਂ ਦੇਖ ਕੇ ਫਿਰ ਆਪਾਂ ਨੂੰ ਗੱਲ ਕਰ ਲਓ ਬਾਕੀ ਮੈਂ ਆਨਸਰ ਫਿਰ ਵੀ ਦੇ ਦਿੰਦਾ ਅਤੇ ਖਾਸ ਕਰਕੇ ਜਿਹੜੇ ਦਵਾਈ ਵਾਲੇ ਪੁੱਛਦੇ ਪਤਾ ਕੀ ਹੈ ਕਨੇਡਾ ਵਿੱਚ ਆਉਣਾ ਔਖਾ ਫਿਰ ਸੌਖਾ ਹੋ ਜਾਂਦਾ ਸਾਰਾ ਕੰਮ ਠੀਕ ਆ ਅਤੇ ਮੈਨੂੰ ਇਹ ਪੁੱਛਦੇ ਨੇ ਵੀ ਇੱਥੋਂ LMI ਲੈ ਜੀ ਅਸੀਂ ਟਰੈਕਿੰਗ ਦੀ ਅਸੀਂ ਸਾਡੇ ਕੋਲ ਹੈਵੀ ਲਾਇਸੈਂਸ ਜਿਹੜਾ ਹੈਵੀ ਲਾਇਸੈਂਸ ਦੀ ਮੈਂ ਐਡੀ ਵੀਡੀਓ ਬਣਾਈ ਹੋਈ ਆ ਹੈਵੀ ਲਾਇਸੈਂਸ ਦਾ ਕੋਈ ਫਾਇਦਾ ਨਹੀਂ ਗੱਲ ਸਿੱਧੀ ਜੀ ਹੈ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਕਿਸੇ ਵੀ ਕੰਟਰੀ ਦਾ ਸਾਲ ਤੋਂ ਪੁਰਾਣਾ ਐਕਸਪੀਰੀਅੰਸ ਚਾਹੀਦਾ ਬੇਸ਼ੱਕ ਮੋਟਰਸਾਈਕਲ ਦੀ ਹੋਵੇ ਕੋਈ ਚੱਕਰ ਨਹੀਂ ਹੈਵੀ ਹੋਵੀ ਦੇ ਮਗਰ ਬਸ ਉਹੀ ਗੱਲਾਂ ਆਪਾਂ ਵਾਰ ਵਾਰ ਰਿਪੀਟ ਕਰਦੇ ਹਾਂ ਫਿਰ ਵੀ ਗੱਲ ਨਹੀਂ ਬਣਦੀ ਨਾ ਅਤੇ ਵੀਰ ਬਣ ਕੇ ਕੁਐਸਚਨ ਉਹ ਦੇਖ ਲਿਆ ਕਰੋ ਮੈਂ ਵੀਡੀਓ ਆਲਰੇਡੀ ਬਣਾਈਆਂ ਹੋਈਆਂ ਨੇ ਇੱਥੇ ਆ ਕੇ ਹੀ ਹੱਲ ਹੋ ਸਕਦਾ LMI ਦਾ ਇੰਡੀਆ ਤੋਂ ਤੁਸੀਂ ਟਰੈਕਿੰਗ 'ਚ ਨਹੀਂ ਆ ਸਕਦੇ ਸਿੱਧਾ ਇੰਡੀਆ ਤੋਂ ਇੱਥੇ ਆ ਕੇ ਸਟੂਡੈਂਟ ਆ ਉਹ ਬਾਅਦ 'ਚ ਵੀ ਟਰੈਕਿੰਗ ਚਲਾ ਸਕਦੇ ਹੋ ਇੱਥੇ ਆ ਕੇ ਵਿਜ਼ਿਟਰ ਅਤੇ ਟਰੱਕ ਦਾ ਪਹਿਲਾਂ ਇੱਥੇ ਦਾ ਲਾਇਸੈਂਸ ਤਾਂ ਲਓ ਨਾ ਆਪਾਂ ਦੁਬਈ ਦਾ ਜਾਂ ਕਿਤੋਂ ਦਾ ਲਾਇਸੈਂਸ ਲੈ ਕੇ ਇੱਥੇ ਟਰੈਕਿੰਗ ਦੇ ਵਿੱਚ ਨਹੀਂ ਆ ਸਕਦੇ ਜੇ ਓਨਰ ਕੰਪਨੀ ਦਾ ਤੁਹਾਨੂੰ ਇਨਵਾਈਟ ਕਰਦਾ ਵੀ ਇਹ ਬੰਦਾ ਚਾਹੀਦਾ ਇਹਦੇ ਕੋਲ ਲਾਇਸੈਂਸ ਹੀ ਦਵਾ ਦਾਂਗੇ ਫਿਰ ਗੱਲ ਵੱਖਰੀ ਆ ਠੀਕ ਆ ਇੱਦਾਂ ਬਾਕੀ ਬਹੁਤ ਤੁਹਾਨੂੰ ਜੌਬਾਂ ਵਾਲੇ ਮਿਲਣਗੇ ਕੈਨੇਡਾ ਤੋਂ ਫਰੋਡ ਹੁੰਦੇ ਨੇ ਜਿਹੜੇ ਉਹਨਾਂ ਤੋਂ ਬਚ ਕੇ ਰਹਿਣਾ ਤੁਹਾਨੂੰ ਭੇਜਣਗੇ ਸੋ ਆਹ ਰਿਕੁਆਇਰਮੈਂਟ ਆ ਜੀ ਸਾਲ ਦੀ ਨਹੀਂ ਤਨਖਾਹ ਹੋਊ ਤੁਹਾਨੂੰ ਰਹਿਣ ਨੂੰ ਕਮਰਾ ਦੇਵਾਂਗੇ ਜੇ ਦੇਵਾਂਗੇ ਉਹ ਦੇਵਾਂਗੇ ਇੱਦਾਂ ਕਦੇ ਪੋਸੀਬਲ ਨਹੀਂ ਇੱਥੇ ਲੈਣ ਲੱਗੀਆਂ ਪਈਆਂ ਸਟੂਡੈਂਟ ਨੂੰ ਕੰਮ ਨਹੀਂ ਮਿਲਦਾ ਵਰਕ ਪਰਮਿਟ ਵਾਲੇ ਨੂੰ ਕੰਮ ਨਹੀਂ ਮਿਲਦਾ ਭਲਾ ਤੁਹਾਨੂੰ ਕਦੇ ਦੇਣਗੇ ਉਹ ਸਿਰਫ ਫਰੋਡ ਹੁੰਦੇ ਨੇ ਸੋ ਉੱਥੋਂ ਤੁਹਾਡਾ ਪਾਸਪੋਰਟ ਲੈ ਲੈਂਦੇ ਨੇ ਤੁਹਾਨੂੰ ਲਾਲਚ ਦੇ ਦਿੰਦੇ ਨੇ ਬਾਅਦ 'ਚ ਕਹਿੰਦੇ ਨੇ ਦੁਬਈ ਦਾ ਲਵਾ ਦਿੰਦੇ ਹਾਂ ਕੋਈ ਚੱਕਰ ਨਹੀਂ ਫਿਰ ਤੁਸੀਂ ਦੁਬਈ 'ਚ ਫਸ ਜਾਂਦੇ ਹੋ ਕਦੇ ਪਾਸਪੋਰਟ ਨਾ ਦਿਓ ਕਿਸੇ ਦਾ ਆਪਣਾ ਆਪਦਾ ਕਿਸੇ ਨੂੰ ਨੰਬਰ 2 'ਤੇ ਉਹਨਾਂ ਤੋਂ ਬਚੇ ਜਿਹੜੇ ਉਹਨੂੰ ਮੇਲ ਕਰਦੇ ਰਹਿੰਦੇ ਨੇ ਮੈਨੂੰ ਪੁੱਛਦੇ ਨੇ ਬਾਈ ਆਹ ਕੰਪਨੀ ਕੈਨੇਡਾ ਹੈਗੀ ਆ ਮਾੜੀ ਸਰਚ ਮਾਰ ਕੇ ਦੇਖੋ ਯਾਰ ਓਬਵੀਅਸਲੀ ਆ ਕੰਪਨੀ ਤਾਂ ਹੋਊਗੀ ਨਾ ਅਗਲੇ ਨੇ ਕੋਈ ਕੰਪਨੀ ਦਾ ਨਾਮ ਪਾ ਦੇਣਾ ਭਲਾ ਕੰਪਨੀ ਇੰਨੀ ਵਿਹਲੀ ਆ ਵੀ ਇੱਥੋਂ ਤੁਹਾਨੂੰ ਇੰਡੀਆ ਤੋਂ ਇਨਵਾਈਟ ਕਰੂਗੀ ਉਹ ਹੈ ਨਾ ਇੱਥੇ ਲੋਕਾਂ ਕੋਲ ਬਥੇਰੇ ਬੈਠੇ ਨੇ ਅਸੀਂ ਆਪਦੇ ਕੋਲ ਖਰਚਾ ਕਰੋ ਤੁਹਾਨੂੰ ਇਨਵਾਈਟ ਕਰੂਗੀ ਨਾ ਥੋੜ੍ਹਾ ਦਿਮਾਗ ਆਪਾਂ ਵੀ ਲਾਇਆ ਕਰੀਏ ਉਹ ਸਿਰਫ ਫਰੋਡ ਹੁੰਦੇ ਨੇ ਵੀ ਆਪਾਂ ਉਹਨਾਂ ਤੋਂ ਮੰਨ ਲਾਂਗੇ ਪੈਸੇ ਆਪਾਂ ਵੀ ਜਲਦੀ ਜਲਦੀ ਪੈਸੇ ਭੇਜ ਦਿੰਦੇ ਉਹਨਾਂ ਨੂੰ ਵੀ ਹਾਂਜੀ ਆਹ ਲਓ ਸਾਡਾ ਸਾਡੀ ਜੌਬ ਦਾ ਹੋ ਜਾਊਗਾ ਸਾਨੂੰ ਫੂਡ ਪੈਕਿੰਗ ਵਾਲੇ ਮਿਲ ਜਾਣਗੇ ਜੇ ਇੱਦਾਂ ਦਾ ਕੁਛ ਵੀ ਨਹੀਂ ਹੈਗਾ ਸੀਨ ਉੱਥੋਂ ਲੱਗਦੀ ਹੁੰਦਾ ਇੱਥੇ ਹੋਰ ਆ ਇੱਥੇ ਜਾ ਕੇ ਪਤਾ ਲੱਗਦਾ ਮੈਨੂੰ ਬਹੁਤ ਕਹਿੰਦੇ ਨੇ ਬਾਈ ਜੀ ਮੈਨੂੰ ਫੂਡ ਪੈਕਿੰਗ ਵਾਲਾ ਆਇਆ ਵੀ ਇੱਥੇ ਸਾਨੂੰ ਫੂਡ ਪੈਕਿੰਗ ਦਾ ਸਾਨੂੰ ਆਹ ਜੌਬਾਂ ਦੇ ਦੇਣਗੇ ਇੱਦਾਂ 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 ਅਤੇ ਆਹ ਦੇਖੋ ਰੈਜ਼ੂਮੇ ਭੇਜਿਆ ਮੈਂ ਇਹਨਾਂ ਨੂੰ ਅਤੇ ਮੈਨੂੰ ਵਾਪਸੀ 'ਚ ਪਤਾ ਕੀ ਆਇਆ ਵੀ ਹਾਂਜੀ ਤੁਹਾਨੂੰ ਅਸੀਂ ਸਾਲ ਦਾ ਖਰਚਾ ਦੇ ਕੇ ਵਧੀਆ ਤੁਹਾਡਾ ਰਹਿਣ ਪਰਵਾਣ ਦਾ ਪ੍ਰਬੰਧ ਕਰ ਦਾਂਗੇ ਜੇ ਉਹ ਇੱਥੇ ਬੇਸਮੈਂਟ ਨਹੀਂ ਮਿਲਦੀ ਸਟੂਡੈਂਟਾਂ ਨੂੰ ਰਿਐਲਿਟੀ ਕੁਛ ਹੋਰ ਆ ਫਿਲਮੀ ਦੁਨੀਆ ਦਿਖਾਉਂਦੇ ਤੁਹਾਨੂੰ ਐਵੇਂ ਬੱਪ ਮਾਰੀ ਜਾਂਦੇ ਆ ਆਪਾਂ ਨੂੰ ਵੀ ਐਂ ਹੁੰਦਾ ਵੀ ਹਾਂ ਯਾਰ ਕੈਨੇਡਾ ਆਉਣੀ ਹੀ ਆਉਣਾ ਕੁਛ ਹੋ ਜੇ ਯਾਰ ਆਉਣਾ ਜ਼ਰੂਰੀ ਆ ਵਧੀਆ ਸੁਪਨੇ ਪੂਰੇ ਕਰੋ ਫਿਰ ਅੱਖਾਂ ਮੀਚ ਕੇ ਆ ਜਾਣਾ ਕੁਛ ਵੀ ਤੁਹਾਨੂੰ ਕਹੀ ਜਾਵੇ ਕੈਨੇਡਾ ਆਉਣਾ ਗੱਲ ਵੱਖਰੀ ਆ ਪਰ ਇਹ ਥੋੜ੍ਹੀ ਆ ਵੀ ਤੁਹਾਨੂੰ ਕਿਸੇ ਨੇ ਕਹਿਤਾ ਵੀ ਹਾਂ ਕੈਨੇਡਾ ਲੈ ਜਾਓ ਅਤੇ ਉਹਦੇ ਮਗਰ ਲੱਗ ਜਾਈਏ ਆਪਾਂ ਨਾ ਉਹਨਾਂ ਨਾਲ ਦਿਮਾਗ ਆਪਦਾ ਜ਼ਰੂਰ ਕਰੋ ਵੀਰ ਬਣ ਕੇ ਆਪਦੇ ਪੈਸੇ ਬਚਾਓ ਲੋਕ ਨਾ ਵੀਟਰ ਵੀਜ਼ੇ 'ਤੇ ਲਗਭਗ 40-40 ਹਜ਼ਾਰ ਰੁਪਈਆ ਤਾਂ ਖਰਾਬ ਕਰੀ ਜਾਂਦੇ ਨੇ 60-60 ਲੱਖ ਰੁਪਈਆ ਵਿਜ਼ਿਟਰ ਵੀਜ਼ੇ 'ਤੇ ਵੀਟਰ ਵੀਜ਼ਾ 20-25 ਹਜ਼ਾਰ ਦਾ ਲੱਗ ਜਾਂਦਾ ਜੇ ਸਪੋਂਸਰ ਨਹੀਂ ਹੈਗੀ ਫਿਰ ਵੀ ਟਰਾਈ ਕਰ ਲਓ ਵੀਟਰ ਮੀਨ ਵਿਜ਼ਿਟ ਕਰਨਾ ਬਾਅਦ 'ਚ ਹੱਲ ਜਿਹੜੇ ਆਪਾਂ ਕਰਨੇ ਉਹ ਕੈਨੇਡਾ ਨੂੰ ਥੋੜ੍ਹੀ ਪਤਾ ਫਿਰ ਵੀ ਤਾਂ ਆਪਾਂ ਲਾਇਸੈਂਸ ਲੈ ਕੇ 1 ਨੰਬਰ 'ਚ ਹੀ ਜਾਣਾ ਨਾ 2 ਨੰਬਰ 'ਚ ਤਾਂ ਨਹੀਂ ਲੈਣਾ ਕੁਛ ਤੁਸੀਂ ਗੱਲਾਂ ਦਾ ਖਿਆਲ ਰੱਖਿਓ ਲੋਕਾਂ 'ਚੋਂ ਬਚੋ ਬਹੁਤ ਬੈਠੇ ਨੇ ਸਾਂਝੇ ਬੰਦੇ ਕਹਿੰਦੇ ਨੇ ਕੈਨੇਡਾ ਦੀ ਕੰਪਨੀ ਆ ਪਤਾ ਨਹੀਂ ਕਿੱਥੋਂ ਨੇ ਠੀਕ ਆ ਬਹੁਤ ਫਰੋਡ ਨੇ ਬਹੁਤ ਜ਼ਿਆਦਾ ਜਿਹੜੇ ਤੁਹਾਨੂੰ ਕਹਿੰਦੇ ਨੇ ਫੂਡ ਪੈਕਿੰਗ ਖੁੱਲ੍ਹੀ ਆ ਫਲਾਨਾ ਖੁੱਲ੍ਹਾ ਚੌਂਕ ਖੁੱਲ੍ਹਿਆ ਆ ਰਹਿੰਦਾ ਹੁੰਦਾ ਬਣੇ ਹਰੀਏ ਠੱਗੀ ਜਾਂਦਾ ਲੋਕਾਂ ਨੂੰ ਬਾਈ ਬਣ ਕੇ ਇਹਨਾਂ ਤੋਂ ਬਚੋ ਤੁਹਾਡੇ ਪੈਸੇ 1 ਨੰਬਰ 'ਤੇ ਕਮਾਇਆ 2 ਨੰਬਰ 'ਤੇ ਕਮਾਈਏ ਦੇ ਦਿਓ ਕੋਈ ਚੱਕਰ ਨਹੀਂ ਜੇ ਮਾਂ ਪਿਓ ਦੇ ਪੈਸੇ ਨਹੀਂ ਖਰਾਬ ਕਰਨੇ ਕੈਨੇਡਾ ਆਉਣੀ ਆਉਣਾ ਆਉਣੀ ਆਉਣਾ ਕੋਈ ਗੱਲ ਨਹੀਂ ਆ ਜਾਓਗੇ ਪਰ ਸਹੀ ਤਰੀਕੇ ਨਾਲ ਇਹ ਨਾ ਹੋਵੇ ਅੱਖਾਂ ਮੀਚ ਕੇ ਹਾਂ ਕਿਸੇ ਨੇ ਕਹਿਤਾ ਵੀ ਹਾਂ ਆ ਜਾਓ ਕੋਈ ਚੱਕਰ ਨਹੀਂ ਠੀਕ ਆ ਬਾਈ ਇਹ ਗੱਲਾਂ ਦਾ ਖਿਆਲ ਰੱਖਿਓ ਤੁਹਾਨੂੰ ਕੋਈ ਨਹੀਂ ਦੱਸਦਾ ਇੱਦਾਂ ਦੀ ਗੱਲਾਂ ਵੀਰ ਬਣ ਕੇ ਕੈਨੇਡਾ ਬਹੁਤ ਸੋਹਣਾ ਮੁਲਕ ਆ ਪਰ ਇਹਦੇ ਥੋੜ੍ਹੇ ਜਿਹੇ ਹਾਨੀਆਂ ਵੀ ਹੈਗੀਆਂ ਨੇ ਨੁਕਸਾਨ ਵੀ ਬਹੁਤ ਨੇ ਕੈਨੇਡਾ ਦੇ ਨਹੀਂ ਕੈਨੇਡਾ ਦੇ ਬੈਠੇ ਜਿਹੜੇ ਲੋਕ ਬੈਠੇ ਨੇ ਨਾ ਬਹੁਤ ਗੰਦੇ ਲੋਕ ਨੇ ਬਹੁਤ ਜ਼ਿਆਦਾ ਤੁਹਾਨੂੰ ਠੱਗਦੇ ਨੇ ਹੋ ਸਕਦਾ ਕੋਈ ਇੱਥੇ ਪੁਰਾਣਾ ਹੋਵੇ ਤੁਹਾਨੂੰ ਕਹਿ ਦੇਵੇ LMI ਦੇ ਦੂੰਗਾ ਸਾਡੇ ਨਰਸ ਚਾਹੀਦੇ ਸਾਡੇ ਘਰ ਸਾਡੀ ਕੇਅਰ ਲਈ ਉੱਥੋਂ ਪੈਸੇ ਠੱਗ ਲੈਂਦੇ ਨੇ ਕਦੇ ਵਿਸ਼ਵਾਸ ਨਾ ਕਰੋ ਇੱਦਾਂ ਕੋਈ ਨਹੀਂ ਸਕਦਾ ਇੱਥੇ ਜਿਹੜੀਆਂ ਕੁੜੀਆਂ ਵਿਜ਼ਿਟਰ ਵੀਜ਼ੇ 'ਤੇ ਆਈਆਂ ਨੇ ਉਹ ਨੈਣੀ ਬੇਸ 'ਤੇ ਆਈ ਹੋਈਆਂ ਨੇ ਮੰਨ ਲਓ ਉਹਨਾਂ ਨੂੰ ਨਹੀਂ ਕੋਈ ਰੱਖਦਾ ਸੋ
ਇੱਥੇ ਬਹੁਤ ਉਹਨਾਂ ਕੋਲ ਹੁਣ ਮੇਰੇ ਕੋਲ ਵਾਧੂ ਕਰਮਚਾਰੀ ਹੈ ਮੈਂ ਕਿਸੇ ਕੋਲ ਹੋਰ ਕੇ ਜਾਊਂਗਾ ਉਹੀ ਗੱਲ ਆ ਕੈਨੇਡਾ 'ਚ ਵਾਧੂ ਕਰਮਚਾਰੀ ਬੈਠੇ ਹੋ ਇੰਡੀਆ ਵਾਲਿਆਂ ਨੂੰ ਕਿਉਂ ਇਨਵਾਈਟ ਕਰਨਗੇ ਤੁਹਾਡਾ ਕੋਈ ਰਿਲੇਟਿਵ ਆ ਤੁਹਾਡੀ ਕੋਈ ਜਾਣਕਾਰੀ 'ਚ ਜ਼ਰੂਰ ਤਾਂ ਵਿਸ਼ਵਾਸ ਕਰ ਲਓ ਪਰ ਬਿਨਾਂ ਉਹ ਤੋਂ ਨਾ ਕਰੋ ਵੀਰ ਬਣ ਕੇ ਬੇਨਤੀ ਆ ਮੈਂ ਨਹੀਂ ਆ ਤੁਹਾਡੇ ਪੈਸੇ ਖਰਾਬ ਹੋਣ ਠੀਕ ਆ ਇਹ ਗੱਲ ਦਾ ਖਿਆਲ ਰੱਖਿਓ ਟਰੈਕਿੰਗ ਦੇ ਬਲੌਗ ਤਾਂ ਬਣਦੇ ਰਹਿਣਗੇ ਆਪਣੇ ਲਾਈਕ ਅਨਲਾਈਕ ਤਾਂ ਆਉਂਦੇ ਰਹਿੰਦੇ ਕੋਈ ਚੱਕਰ ਨਹੀਂ ਨਾਲ ਨਾਲ ਉਹਦਾ ਨੁਕਸਾਨ ਹੁੰਦਾ ਉਹ ਬਚਾਓ ਠੀਕ ਆ ਪਰ ਪਤਾ ਕੀ ਗੱਲ ਆ ਮੈਂ ਤੁਹਾਡੀ ਸਮਝ ਸਕਦਾ ਥੋੜ੍ਹਾ ਕੈਨੇਡਾ ਦਾ ਝੰਡਾ ਹੀ ਇਹੋ ਜਿਹਾ ਦੇਖ ਕੇ ਬੰਦਾ ਉਹੀ ਗੱਲਾਂ 'ਚ ਆ ਜਾਂਦਾ ਅੱਧਾ ਤਾਂ ਜਦੋਂ ਮੈਂ ਤੇਰੇ ਫਿਰਦਾ ਸੀ ਕੋਈ ਵਿਜ਼ਿਟਰ ਵੀਜ਼ਾ ਲੈਣ ਜਾਊਂਗੇ ਇੰਨਾ ਕਨਫਿਊਜ਼ ਕਰ ਦਿੰਦੇ ਨੇ ਮੇਰੇ ਡੈਡੀ ਤਾਂ ਲਵਾਇਆ ਵੀਜ਼ਾ ਮੈਂ ਲੋਕ ਉਹਨਾਂ ਕੋਲ ਆਉਂਦੇ ਜਦੋਂ ਮੈਂ ਗਿਆ ਸੀ ਉਹ ਕਿੱਥੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਯਾਰ ਕਮਾਲ ਦੀ ਗੱਲ ਆ ਮੈਨੂੰ ਤਾਂ ਸਾਰਾ ਕੁਛ ਪਤਾ ਸੀ ਮੈਂ ਤਾਂ ਗੱਲ 'ਚੋਂ ਹੀ ਨਹੀਂ ਆਉਣ ਅਗਲੇ ਨੂੰ ਇਹਨਾਂ ਨੂੰ ਪਤਾ ਨਹੀਂ ਸੀ ਪੇਂਡੂ ਕਨੇਡੀਅਨ ਕਹਿੰਦਾ ਸਾਨੂੰ ਹੁਣ ਐਵੇਂ ਹੀ ਫਿਰਦਾ ਹੋਊ ਠੀਕ ਆ ਇਹ ਗੱਲਾਂ ਤੋਂ ਬਚੋ ਲੋਕ ਬਹੁਤ ਰੁਪਈਏ ਠੱਗਦੇ ਨੇ ਮੰਮੀ ਦਾ ਵੀਜ਼ਾ ਮੇਰੀ 3 ਵਾਰੀ ਰਿਫਿਊਜ਼ ਹੋ ਗਿਆ ਕੋਈ ਗੱਲ ਨਹੀਂ ਲੱਗ ਜੂਗਾ ਕੁਛ ਘਾਟਾਂ ਸੀ ਮੈਂ ਵੀ ਗੱਲਾਂ 'ਚ ਆ ਗਿਆ ਕਿਸੇ ਦੇ ਗਲਤ ਮਲਤ ਡਾਕੂਮੈਂਟ ਲਾਈ ਗਿਆ ਪਰ ਹੁਣ ਸਹੀ ਲੱਗੇ ਨੇ ਸੋਨੂੰ ਵੀ ਜ਼ਰੂਰ ਦੱਸੂਗਾ ਉਹਨਾਂ ਬੰਦਿਆਂ ਤੋਂ ਹੀ ਲਵਾਉਣਾ ਵਿਜ਼ਿਟਰ ਵੀਜ਼ਾ ਚੰਡੀਗੜ੍ਹ ਦੇ ਨੇ ਦੱਸਾਂਗੇ ਸੋਨੂੰ ਵੀਜ਼ਾ ਆ ਜਾਣ ਦਿਓ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਕਿਹੜੀ ਕਿਹੜੀ ਰਿਕੁਆਇਰਮੈਂਟ ਕਿਉਂਕਿ ਬੰਦਾ ਗਲਤੀ ਕਰ ਲੈਂਦਾ ਜੋਬ ਦਿਖਾ ਕੇ ਕਈ ਵਾਰ ਕੋਈ ਮੰਨ ਲਓ ਜੋਬ ਕਰਦਾ ਇੰਡੀਆ 'ਚ ਅਤੇ ਡਾਕੂਮੈਂਟ ਹੋਰ ਲਾਈ ਗਲਤ ਹੋ ਜਾਂਦੀ ਆ ਨਿੱਕੀ ਜਿਹੀ ਗਲਤੀ ਫੜ ਲੈਂਦੇ ਨੇ ਸੋ ਇਹ ਗੱਲਾਂ ਦਾ ਖਿਆਲ ਰੱਖਣਾ ਆਪਾਂ ਚਾਵਲ ਖਾ ਲਈਏ ਫਿਰ ਆਪਾਂ ਚੱਲਦੇ ਹਾਂ ਠੀਕ ਆ ਜੀ ਚਾਹ ਵੈਸੇ ਬਾਹਰੋਂ ਪੀਦੀ ਆ ਅੰਦਰੋਂ ਵੀ ਪੀਦੀ ਹੁੰਦੀ ਆ ਟਰੱਕ 'ਚ ਵੀ ਬਣਾ ਕੇ ਪਰ ਅੱਜ ਬਾਹਰੋਂ ਪੀਣੀ ਪੈ ਗਈ ਆਈਸ ਕੌਫੀ ਕਿਉਂਕਿ ਗਰਮੀ ਸਡਨਲੀ ਬਹੁਤ ਜ਼ਿਆਦਾ ਹੋ ਗਈ ਅੱਜ 34 ਡਿਗਰੀ ਹੈ ਮੇਰੇ ਖਿਆਲ 'ਚ ਅਤੇ ਹੁਣ ਚੱਲੇ ਆਪਾਂ ਬਾਰਡਰ ਦੇ ਕੋਲ ਸਾਰੇ ਪੁੱਛਦੇ ਬਾਰਡਰ ਕੋਈ 400 ਕਿਲੋਮੀਟਰ ਆ ਜੀ ਕੋਈ 300 ਕਿਲੋਮੀਟਰ ਆ ਮੇਰੇ ਘਰ ਤੋਂ ਮੇਰੇ ਯਾਰਡ 'ਚੋਂ ਕੋਈ 200 ਕੋਈ 500 ਕੋਈ 700 ਇਹ ਤੁਹਾਡੇ ਡਿਪੈਂਡ ਕਰਦਾ ਕਿਹੜਾ ਬਾਰਡਰ ਕ੍ਰੋਸ ਕਰਨਾ ਤੁਸੀਂ ਅਤੇ ਹੁਣ ਚੱਲੀਏ ਬਾਰਡਰ 'ਤੇ ਬਾਰਡਰ 'ਤੇ ਬਸ ਨੋਰਮਲ ਉਹੀ ਕੁਐਸਚਨ ਪੁੱਛਦੇ ਕੀ ਲੈ ਕੇ ਚੱਲੇ ਕਿੱਧਰੋਂ ਆਇਆ ਕੀ ਆ ਆਮ ਗੱਲਾਂ ਠੀਕ ਹੈ ਜੀ ਲੈਟਸ ਗੋ ਟੂ ਬਾਰਡਰ ਬਾਰਡਰ ਬੂਡਰ ਕਰ ਦੇਣਾ ਕ੍ਰੋਸ ਚੱਟਿਓ ਚਾਹ ਪੀ ਲਓ ਖੜੀ ਪਈ ਆ ਤਾਂ ਖੜੇ ਇੱਥੇ ਵਾਸ਼ਰੂਮ ਬ੍ਰੇਕ ਗੋਰੇ ਦੀਆਂ ਫਸਲਾਂ ਬੀਜੀਆਂ ਪਈਆਂ ਨੇ ਰੈਲੀ ਬੱਲੇ ਬੱਲੇ ਮੀਂਹ ਪੈ ਗਿਆ ਬਈ ਤੁਹਾਡੀ ਕਿਰਪਾ ਨਾਲ ਠੰਡ ਹੋ ਗਈ ਹੁਣ ਠੀਕ ਆ 5-6 ਘੰਟੇ ਹੋ ਜਾਂਦੇ ਨੇ ਮਜੇ 8:30 ਹੋ ਗਏ ਦੂਰ ਜੱਟਾ ਖੜਾ ਅੱਜ ਮੇਰੀ ਬੀਜੀ ਪਈ ਆ ਭਾਈ ਕਿਤੇ ਗੋਰੇ ਨੇ ਆਪਣਾ ਤਾਂ ਮੀਂਹ ਟੋ ਸਲੀਪ ਪਾ ਦਈਏ ਇਹ ਸਾਰਾ ਸਲੀਪਰ ਬਰਥ ਆ ਜਾਂਦਾ ਆਪਣਾ ਹੁਣ ਆਪਾਂ ਸੌਂਦੇ ਹਾਂ ਆਪਾਂ 10 ਘੰਟੇ ਸੌਣਾ ਰੱਜ ਕੇ ਕੁੰਭਕਰਨ ਦੀ ਨੀਂਦ TA 'ਤੇ ਰੋਕਿਆ TA 'ਤੇ ਵੀ ਟਰੱਕ ਸਟਾਪ ਦਾ ਨਾਂ ਅਤੇ ਇੱਥੇ ਪਾਰਕਿੰਗ ਮਿਲ ਗਈ ਆਪਾਂ ਨੂੰ ਸੋਹਣੀ ਆਪਾਂ ਸੁਬਾਹ ਉੱਠਾਂਗੇ ਸੁਬਾਹ ਉੱਠ ਕੇ ਆਪਾਂ 10 ਕੁ ਮਿੰਟ ਪਰਸਨਲ 'ਚ ਚਲਾ ਕੇ 8 ਘੰਟੇ ਸੌਂ ਕੇ ਡਿਲੀਵਰੀ ਕਰ ਦਾਂਗੇ 2 ਘੰਟੇ ਫਿਰ ਨੀਂਦ ਮਾਰ ਲਾਂਗੇ ਪਰਸਨਲ ਵੈਸੇ ਤਾਂ ਹੁੰਦਾ ਟਰੱਕ ਵਾਲਿਆਂ ਵਾਸਤੇ ਵੀ ਉਹ ਸਿਰਫ ਆਪਣੀ ਗਰੋਸਰੀ ਕਰਨ ਵਾਸਤੇ ਹੁੰਦਾ ਪਰ ਆਪਾਂ ਇੱਥੇ ਥੋੜ੍ਹੀ ਚੀਟ ਕਰਾਂਗੇ 10 ਕੁ ਮਿੰਟ ਪਰਸਨਲ ਚਲਾ ਕੇ ਆਪਾਂ ਡਿਲੀਵਰੀ ਕਰਕੇ ਉੱਥੇ ਸੌਂ ਜਾਂਗੇ ਪਿਕਅਪ ਆਪਣੀ ਆਲਰੇਡੀ ਪਹੁੰਚ ਚੁੱਕੀ ਹੈ ਜੀ ਠੀਕ ਆ ਇਸ ਟਾਈਮ ਹੈਗੇ ਆਪਾਂ TA ਇੰਨੇ ਨੰਬਰ 'ਤੇ ਇਹ ਹੈਗਾ ਸੇਮੋਰ ਇੰਡੀਆਨਾ 812-522-6622 'ਤੇ ਫੋਨ ਕਰਕੇ ਟਰੱਕ ਸਰਵਿਸ ਦੀ ਲਾਹਾ ਲੈ ਸਕਦੇ ਹੋ ਦਰਸ਼ਕੋ ਟਰੱਕ ਬੈਕਿੰਗ ਲਾ ਦੀ ਸਿੱਧੀ ਆ ਭਾਈ ਲੋ ਵੀ ਆਹ ਟੈਂਕੀ 'ਚੋਂ ਪਾਣੀ ਸਿੱਧਾ ਆਉਂਦਾ TA ਨੂੰ ਇਹ ਸਾਡੇ ਪਿੰਡ ਸਾਰੇ ਪਿੰਡ ਨੂੰ ਛੋਟੀ ਟੈਂਕੀ ਆ 3-4 ਮਰੇ ਵੀ ਹੋਏ ਚੜ੍ਹ ਕੇ ਉੱਤੇ ਹੁਣ ਆਪਾਂ ਰੋਟੀ ਖਾ ਲਈਏ ਯਾਰ ਫਿਰ ਆਪਾਂ ਸੁਬਾਹ ਕਰਾਂਗੇ ਗੱਲਾਂ ਬਾਤਾਂ ਠੀਕ ਆ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਬਹੁਤ ਸਾਰੀਆਂ ਸੱਜਣੋ ਮਿੱਤਰੋ ਕਿਵੇਂ ਹੋ ਜੀ ਕਿਵੇਂ ਹੋ ਸਾਰੇ ਆਏ ਹਾਏ ਹਾਏ ਰੋਟੀ ਖਾ ਲਈ ਮੈਂ ਗੱਲਾਂ ਕਰ ਲਈ 2-4 ਤੁਹਾਨੂੰ ਐਂ ਹੋਊਗਾ ਨਾ ਯਾਰ ਇਹ ਟਰੱਕ ਜਾਂ ਰੋਕ ਲੈਂਦਾ ਨਜ਼ਾਰਾ ਇਹਨੂੰ ਰੋਟੀ ਗਰਮ ਕਦੇ ਫਲੀਆਂ ਕਦੇ ਕੁਛ ਨਜ਼ਾਰੇ ਲੈਂਦਾ ਟਰੱਕ ਨਵੇਂ ਏਰੀਏ ਜਦੋਂ ਟਿਕਟ ਮਿਲਦੀ ਹੈ ਪੁਲਿਸ ਵਾਲੇ ਤੋਂ ਐਂ ਲੱਗਦਾ ਵੀ ਯਾਰ ਟਰੱਕ ਛੱਡ ਦਿਓ ਹੋਰ ਕੰਮ ਲੱਭ ਲਓ ਕੰਮ ਹੀ ਇੱਦਾਂ ਦਾ ਜੀ ਕਦੇ ਨਜ਼ਾਰੇ ਕਦੇ ਟੈਨਸ਼ਨ ਦੱਸਿਆ ਸੀ ਉਦੋਂ ਟਿਕਟ ਮਿਲ ਗਈ 2200 ਦੀ ਕਦੇ ਨੋ ਟਰੱਕ ਰੂਟ ਦੀ ਕਦੇ ਵਾਇਲੇਸ਼ ਤੁਸੀਂ ਅਮੈਰੀਕਾ 'ਚ ਕਿਸੇ ਨੂੰ ਹਿੱਟ ਕਰਦੇ ਹੋ 3 ਸਾਲਾਂ ਦੀ ਜੇਲ੍ਹ ਹੈ ਨਾ $10,000 ਫਾਈਨ 2 ਵਾਰੀ ਓਵਰ ਸਪੀਡਿੰਗ ਕਰਦੇ ਹੋ ਦੋ ਵਾਰੀ ਤੋਂ ਵੱਧ ਆਪਣਾ ਲਾਇਸੈਂਸ ਸਸਪੈਂਡ ਹੋ ਜਾਂਦਾ ਮੀਨ ਤੁਸੀਂ ਡਰਾਈਵ ਨਹੀਂ ਕਰ ਸਕਦੇ ਕਿੰਨੇ ਸਾਲਾਂ ਲਈ ਉਹ ਡਿਪੈਂਡ ਕਰਦਾ ਅਦਾਲਤ 'ਤੇ
ਬਹੁਤ ਝਮੇਲੇ ਆ, ਬਹੁਤ ਝਮੇਲੇ ਆ। ਰੱਬ ਇਹਨਾਂ ਝਮੇਲਿਆਂ ਤੋਂ ਬਚਾਵੇ। ਡਰਾਈਵਿੰਗ 'ਚ ਧਿਆਨ ਰੱਖ ਕੇ ਕੌਨਸ਼ੀਅਸ ਹੋ ਕੇ ਡਰਾਈਵਿੰਗ ਕਰੋ। ਮੋਸਟਲੀ ਆਪਾਂ ਅਨਕੌਨਸ਼ੀਅਸ ਹੀ ਰਹਿੰਦੇ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੱਥੋਂ ਲੰਘੇ। ਠੀਕ ਆ, ਰੋਟੀਆਂ ਚੱਬੀਏ ਹੁਣ, ਰੋਟੀ ਖਾ ਕੇ ਸੌਵਾਂਗੇ ਟਾਵਰ ਨਾਲ। ਇੱਕ ਆਪਾਂ ਆਲਰੇਡੀ ਪਹੁੰਚ ਚੁੱਕੀ ਆ। ਹਾਂ ਤਾਂ ਸੱਚ ਤੁਹਾਨੂੰ ਮੈਂ ਦੱਸਿਆ ਨਹੀਂ ਨਾ ਪਿਛਲੀ ਵਾਰ ਮੈਂ ਕੀ ਲੈ ਕੇ ਗਿਆ ਸੀ। ਪਿਛਲੀ ਵਾਰ ਮੈਂ ਲੈ ਕੇ ਆਇਆ ਸੀ ਉੱਧਰੋਂ ਅਮੈਰੀਕਾ ਤੋਂ, ਇੱਧਰੋਂ ਸੋਰੀ ਅਮੈਰੀਕਾ 'ਚ ਬੈਠੇ ਹਾਂ, ਅਮੈਰੀਕਾ 'ਚੋਂ ਆਪਾਂ ਲੈ ਕੇ ਗਏ ਸੀ ਜੀ ਕਨੇਡਾ, ਆਪਾਂ ਲੈ ਕੇ ਗਏ ਸੀ ਓਟਸ ਦਲੀਆ, ਫਰਿੱਜ ਹੋਇਆ ਫਰਿੱਜਰ ਵਾਲਾ। ਅੱਜ ਆਪਾਂ ਲੈ ਕੇ ਚੱਲੇ ਹਾਂ ਪੀਟ ਮਾਊਸ, ਸਮਥਿੰਗ ਲਾਈਕ ਦੈਟ, ਪੈਟ ਮਾਊਸ ਪਤਾ ਨਹੀਂ, ਪੀਟ ਮਾਊਸ ਕਹਿੰਦੇ ਉਹਨੂੰ, ਜਿਹੜੀ ਘਾਹ ਦੇ ਵਿੱਚ ਆਪਾਂ ਖਾਦ ਪਾਉਂਦੇ ਹਾਂ, ਜਿਹੜੀ ਖਾਦ ਪਾਉਂਦੇ ਹੁੰਦੇ ਹਾਂ, ਉਹ ਲੈ ਕੇ ਚੱਲੇ ਹਾਂ। ਅਤੇ ਆਪਾਂ ਉੱਧਰੋਂ ਲੈ ਕੇ ਕੀ ਆਉਣਾ, ਮੈਡੀਕਲ ਸਮਾਨ। ਹੁਣ ਪੁੱਛਦੇ ਨੇ ਕੀ ਕੁਛ ਲੈ ਕੇ ਆਉਂਦੇ ਹੋ, ਸਾਰਾ ਕੁਛ ਲੈ ਕੇ ਆਉਂਦੇ ਹਾਂ, ਸ਼ਰਾਬ, ਤੰਬਾਕੂ, ਐਵਰੀਥਿੰਗ ਲਗਭਗ ਮੈਂ ਹੁਣ ਟਰੱਕ 'ਚ ਲੈ ਗਿਆ, ਟਿਸ਼ੂ ਪੇਪਰ ਤੋਂ ਲੈ ਕੇ ਕੱਪੜੇ, ਗਾਰਬੇਜ, ਠੀਕ ਆ, ਮਤਲਬ ਜਿਹੜੀਆਂ ਲੋੜੀਦੀਆਂ ਚੀਜ਼ਾਂ ਜ਼ਿੰਦਗੀ 'ਚ ਆਪਣੇ ਕੰਮ ਆਉਂਦੀਆਂ ਨੇ ਉਹ ਲੋਡ ਲੈ ਕੇ ਜਾਂਦੇ ਹਾਂ। ਅਤੇ ਸਾਨੂੰ ਲੋਡ ਦੇ ਉਨੇ ਹੀ ਪੈਸੇ ਮਿਲਦੇ, ਬੇਸ਼ੱਕ ਕੋਈ ਮਹਿੰਗਾ ਲੋਡ ਹੋਵੇ, ਕੋਈ ਸਸਤਾ ਲੋਡ ਹੋਵੇ, ਕੋਈ ਲੱਖ ਦਾ ਲੋਡ ਹੋਵੇ, ਐਰੋਪਲੇਨ ਦੇ ਪਾਰਟਸ ਹੋਣ, ਕੁਛ ਵੀ ਹੋਵੇ, ਅਤੇ ਸਾਨੂੰ ਉਹਦੇ ਨਾਲ ਕੋਈ ਮਤਲਬ। ਜੇ ਤੁਸੀਂ ਫਲੈਟ ਡੈੱਕ ਚਲਾਉਂਦੇ ਹੋ ਜਾਂ ਫਲੈਟ ਬੈੱਡ ਚਲਾਉਂਦੇ ਹੋ ਜਾਂ ਲੋਅਰ ਡੈੱਕ ਚਲਾਉਂਦੇ ਹੋ ਤਾਂ ਤੁਹਾਨੂੰ ਪੈਸੇ ਵੱਧ ਮਿਲਣਗੇ, ਪਰ ਉਹਦੇ 'ਚ ਰਿਸਕ ਵੀ ਉਨੇ ਹੀ ਜ਼ਿਆਦਾ ਨੇ, ਡਰਾਈ ਵੈਨ 'ਚ ਘੱਟ ਨੇ, ਤੋ ਫਿਰ ਉਸ ਹਿਸਾਬ ਨਾਲ ਦੇਖਣਾ ਪੈਂਦਾ। ਹਰ ਇੱਕ ਮੇਰੀ ਐਕਸਪੈਂਸ ਹੁੰਦਾ, ਮੇਰੇ ਟਰੱਕ 'ਤੇ ਕੋਈ ਪੈਸੇ ਲੱਗਦੇ ਨੇ, ਮੈਂ ਕੰਪਨੀ ਡਰਾਈਵਰ ਹਾਂ, ਕੰਪਨੀ ਪੇ ਕਰੂ, ਓਨਰ ਆਪਰੇਟਰਾਂ ਤਾਂ ਮੈਨੂੰ ਪੇ ਕਰਨੇ ਪੈਣਗੇ, ਤੇਲ ਮੈਨੂੰ ਆਪਦੇ ਪੱਲਿਓਂ ਪੇ ਕਰਨਾ ਪੂਜੇ, ਮੈਂ ਓਨਰ ਆਪਰੇਟਰਾਂ ਵਿੱਚੋਂ ਪਰਸੈਂਟਸ ਵਗੈਰਾ ਉਹ ਓਨਰ ਨਾਲ ਗੱਲਬਾਤ ਕਰਕੇ ਗੱਲ ਕੀਤੀ ਜਾ ਸਕਦੀ ਹੈ ਜੀ। ਰੋਟੀ ਖਾ ਲਈਏ ਸੱਜਣੋ, ਹੁਣ ਤੁਸੀਂ ਨਹੀਂ ਮੈਂ ਸੌਂਗਾ, ਅਤੇ ਅਗਲੇ ਪਾਲੀ ਉੱਠ ਖੜੂੰਗਾ ਤੁਹਾਡੇ ਲਈ, ਤਾਂ ਅਗਲਾ ਪਾਲੀ ਹੈ, ਪਰ ਮੇਰੇ ਲਈ 8 ਘੰਟੇ ਆ ਰੱਜ ਕੇ ਸੌਣਾ ਆਪਾਂ। ਈ ਐੱਲ ਡੀਆਂ ਦਾ ਕੰਮ ਬਹੁਤ ਸੋਹਣਾ ਕੀਤਾ ਗੋਰੇ ਨੇ ਜੀ ਨੇ, ਸਲੀਪਾਂ ਪਾਉਣ ਲੱਗ ਗਈਆਂ, ਬਹੁਤ ਜ਼ਿਆਦਾ ਡਰਾਈਵਰਾਂ ਦੀ ਵੀ ਜਾਨ ਸੌਖੀ ਹੋ ਗਈ, 10 ਘੰਟੇ ਸੌਣਾ ਡਿਸਪੈਚਰਾਂ ਦੀ, ਪਹਿਲਾਂ ਲਾਲਚ ਸਾਨੂੰ ਵੀ ਹੁੰਦਾ ਸੀ ਵੀ ਹਾਂ ਘਰ ਜਾਣਾ, ਡਿਸਪੈਚਰਾਂ ਨੂੰ ਵੀ ਲਾਲਚ ਹੁੰਦਾ ਸੀ ਹੋਰ ਲੋਡ ਚੁਕਾ ਦੀ, ਕਿਉਂਕਿ ਮੈਨੂੰ ਪਤਾ ਡਿਸਪੈਚਰਾਂ ਨੂੰ ਮੋਸਟਲੀ ਪੇ ਲੋਡਾਂ ਦੇ ਪਿੱਛੇ ਮਿਲਦੀ ਹੈ। ਠੀਕ ਆ, ਡਿਸਪੈਚਰਾਂ ਨਾਲ ਵੀ ਮਿਲਾਵਾਂਗਾ, ਪੀ ਆਰ ਵੀ ਡਿਸਪੈਚਰ 'ਚ ਕਿਵੇਂ ਹੁੰਦੇ ਨੇ ਉਹ ਵੀ ਵੀਡੀਓ ਬਣਾਵਾਂਗੇ ਆਪਾਂ, ਅਤੇ ਡਿਸਪੈਚਰਾਂ ਨਾਲ ਲੜਾਈ ਕਿਉਂ ਹੁੰਦੀ ਡਰਾਈਵਰਾਂ ਦੀ, ਉਹ 'ਤੇ ਬਣਾਵਾਂਗੇ। ਚੰਗਾ ਯਾਰ, ਸੌਂ ਜਾਓ, ਗੁੱਡ ਨਾਈਟ। ਮੈਂ ਸੌਂਦਾ ਸੋਰੀ, ਫਿਰ ਉਹੀ ਗੱਲ, ਗੁੱਡ ਨਾਈਟ, ਗੁੱਡ ਨਾਈਟ। ਵੈਸੇ ਇੱਕ ਗੱਲ ਕਰਦਾ ਨਾ, ਪਤਾ ਨਹੀਂ ਕਿਸਮਤ ਕਿੱਥੇ ਲੈ ਜਾਂਦੀ ਹੈ, ਕਦੇ ਸੋਚਿਆ ਨਹੀਂ ਸੀ ਵੀ ਯਾਰ ਰੋਟੀ ਅਮਰੀਕਾ 'ਚ ਵੇ ਖਾਊਂਗਾ, ਅਤੇ ਕੋਈ ਵੱਡੀ ਗੱਲ ਨਹੀਂ, ਦੁਨੀਆ ਤੁਰੀ ਫਿਰਦੀ ਹੈ। ਪਰ ਗੱਲ ਕਰਦਾ ਵੀ ਜੇ ਮੈਂ ਖੇਤਾਂ 'ਚ ਨੀਰਾ ਵੱਢਦਾ ਸੀ, ਖੇਤਾਂ 'ਚ ਸਪਰੇਅ ਕਰਾਉਂਦਾ ਹੁੰਦਾ ਸੀ, ਖੇਤਾਂ 'ਚ ਬਲਦ ਰੇੜੀ ਜੋੜ ਕੇ ਜਾਂਦਾ ਹੁੰਦਾ ਸੀ, ਤਾਂ ਮੈਂ ਸੋਚਿਆ ਸੀ ਵੀ ਕੈਨੇਡਾ ਜਾਊਂਗਾ, ਚਲੋ ਅਮਰੀਕਾ ਭੇਜਤਾ, ਪਰ ਖੇਤਾਂ 'ਚ ਬਹਿ ਕੇ ਰੋਟੀਆਂ ਖਾਧੀਆਂ ਨੇ, ਪੂਰੇ ਦੇਸੀ ਸੀ, ਉਹ ਦੇਸੀ ਸੀ ਆਪਾਂ ਹੁਣ ਵੀ ਹੈਗੇ ਹਾਂ, ਡਾਊਨ ਟੂ ਅਰਥ ਮੈਂ ਤਾਂ ਹੀ, ਕਿਉਂਕਿ ਮੈਂ ਮਿੱਟੀ 'ਚੋਂ ਆਇਆ ਹੋਇਆ, ਅਤੇ ਮਿੱਟੀ ਨਾਲ ਜੁੜ ਕੇ ਰਹਿਣਾ, ਨਹੀਂ ਜੇ ਮਿੱਟੀ ਨਾਲੋਂ ਉੱਪਰ ਉੱਠੂੰਗਾ ਤਾਂ ਮਰਝਾ ਜੂੰਗਾ। ਅਤੇ ਬਾਕੀ ਟਿੱਬਿਆਂ ਦੇ ਵਿੱਚ ਮੇਰਾ ਪਿੰਡ ਕੁੜੇ, ਅਸੀਂ ਮਾਲਵੇ ਦੇ ਹਾਂ, ਮਾਨਸਾ ਦੇ ਭਾਈ, ਸਾਨੂੰ ਉੱਦਾਂ ਹੀ ਬੇਈਮਾਨੀ ਕਰਨੀ ਨਹੀਂ ਆਉਂਦੀ। ਓਕੇ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ। ਸੂਰਜ ਨਿਕਲਿਆ, ਸੋਹਣਾ ਦਿਨ, ਸਾਹਮਣੇ ਖੇਤ ਨੇ, ਹਾਂਜੀ, ਪਹਿਲੀ ਝਲਕ ਸੂਰਜ ਦੀ ਸਰੀਰ ਬਣਾ ਦਿੰਦੀ ਆਪਣਾ, ਨੇੜੇ ਹੀ ਆਪਾਂ ਨੂੰ, ਇੱਥੋਂ ਚੱਲਦੇ ਹਾਂ ਫਿਰ, ਡਿਲੀਵਰੀ ਕਰਦੇ ਹਾਂ, ਆ ਜਾਓ, ਖਾਦ ਸਿੱਟ ਕੇ ਆਈਏ ਗੋਰੇ ਦੀ। ਲਓ ਜੀ, ਲੋਕੇਸ਼ਨ 'ਤੇ ਪਹੁੰਚ ਚੁੱਕੇ ਹਾਂ ਆਪਾਂ, ਇੱਥੇ ਖਾਦ ਆ, ਦੇਖੋ ਖਾਦ ਆਉਂਦੀ ਆ, ਆ ਗੋਰਾ ਲੱਤੀ ਜਾਂਦਾ ਖਾਦ, ਠੀਕ ਆ ਜੀ। ਸੋ ਇਹ ਐਡਰੈਸ ਵੈਸੇ ਗੂਗਲ 'ਤੇ ਅਪਡੇਟ ਨਹੀਂ, ਵੈਸੇ ਹੀ ਲੱਭ ਲਿਆ ਆਪਾਂ, ਦੇਖ ਕੇ ਪਤਾ ਲੱਗ ਗਿਆ, ਆਹੀ ਗਲੀ ਇਹੀ ਸੀ। ਆਇਓ ਜੀ, ਲੋਡ ਲਾਈਏ ਆਪਾਂ, ਠੀਕ ਆ। ਸੋ ਇੱਥੇ ਖਾਦ ਬਣਦੀ ਆ ਭਾਈ, ਖਾਦ ਇੱਥੇ ਇਹਨਾਂ ਦਾ ਲੱਕੜ ਲੁੱਕੜ ਚੂਰਾ ਚਾਰਾ ਬਣਾ ਕੇ, ਪਤਾ ਨਹੀਂ ਕਿਵੇਂ ਬਣਾਉਂਦੇ ਨੇ ਇਹ, ਇੱਧਰੋਂ ਵੀ ਆਉਂਦੀ ਆ, ਟਰੱਕ ਵੀ ਲੱਦੀ ਜਾਂਦੇ ਨੇ, ਆਪਾਂ ਨੂੰ ਪਰਾਂ ਜਾਣ ਲਈ ਕਿਹਾ ਕਿਉਂਕਿ ਡਾਕ 'ਤੇ ਆਪਣਾ ਟਰੱਕ ਲਹੂਗਾ, ਉਹਨਾਂ ਦੇ ਬਾਹਰ ਹੀ ਬਾਹਰ ਉਹ ਹੈਗੇ ਨੇ ਫਲੈਟ ਬੈੱਡ, ਆਪਾਂ ਉੱਧਰ ਜਾਣਾ। ਆ ਟਰੱਕਾਂ ਦੇ ਵਿਚਾਲੇ ਪਰਲੇ ਪਾਸੇ ਬੈਕ ਲਾਉਣੀ ਹੈ ਜੀ ਆਪਾਂ, ਸੌਖੀ ਜੀ ਬੈਕ ਆ ਵੈਸੇ, ਘੁੰਮਾ ਕੇ ਹੁਣ ਲਾ ਦਿੰਦੇ ਆਪਾਂ। ਹਾਂਜੀ, ਆਹ ਦੇਖੋ, ਟ੍ਰੇਲਰ ਪਿੱਛੇ ਲੱਗਣਾ ਜ਼ਰੂਰੀ ਹੁੰਦਾ, ਉਹ ਦੇਖੋ ਤੁਸੀਂ ਦੋਨਾਂ ਦੇ
ਦੂਰ ਦੂਰ ਪਏ ਨੇ, ਇੱਕ ਪਾਸਾ ਲੱਗਿਆ ਹੋਇਆ, ਇੱਕ ਪਾਸਾ ਦੂਰ, ਆਪਣੇ ਦੋਨੇ ਪਾਸੇ ਲੱਗੇ ਨੇ। ਸੋ ਇਹ ਗੱਲ ਦਾ ਖਿਆਲ ਰੱਖਿਓ, ਟ੍ਰੇਲਰ ਸਿੱਧਾ ਲਾਉਣਾ ਹੀ ਜ਼ਰੂਰੀ ਨਹੀਂ, ਪਿੱਛੋਂ ਵੀ ਦੋਨਾਂ ਪਾਸੇ ਲੱਗਣੇ ਚਾਹੀਦੇ ਨੇ। ਅਤੇ ਇੱਥੇ ਇਕੱਲੀ ਖਾਦ ਹੀ, ਇੱਥੇ ਬੰਦਾ ਗਮਾਜ ਕੇ ਸਮਝ ਨਹੀਂ ਆਉਂਦੀ। ਸਟਰੈਪ ਆਪਣੀ ਸੀਗੀ, ਆਪਾਂ ਪੱਟ ਲਈ, ਆਪਦੀ ਸੀ ਆਪਣੀ। ਦੇਖੋ ਜੀ, ਇਕੱਲੀ ਖਾਦ ਹੀ ਹੈ, ਇੰਨੇ ਲੋਕ ਇੱਥੇ ਯੂਜ਼ ਕਰਦੇ। ਹੁਣ ਤਾਂ ਸੀਜ਼ਨ ਚੱਲੀ ਜਾਂਦਾ ਨਾ, ਤਾਂ ਕਰਕੇ ਫਿਰ ਸਾਰੇ ਲਿਜਾ ਰਹੇ ਨੇ ਘਰਾਂ ਘਰਾਂ ਨੂੰ, ਬਹੁਤ ਬਹੁਤ ਜ਼ਿਆਦਾ। ਲਓ ਜੀ, ਕੀ ਆਇਆ ਸੁਬਹ ਸੁਬਹ, ਆਹ ਦਲੀਆ ਦਲੀਆ ਦਲੀਆ, ਹਜੇ ਲਾਉਣ ਲੱਗੇ ਨਹੀਂ, ਅੱਧਾ ਘੰਟਾ ਹੋ ਗਿਆ, ਅੱਗੇ ਵੀ ਪਿਕਅਪ ਕਰਨੀ ਆ ਆਪਾਂ। ਦਲੀਆ ਖਾ ਲਈਏ, ਚਾਹ ਬਣਾ ਕੇ ਫਿਰ ਚਾਲੇ ਗਾਹਾਂ ਨੂੰ ਪਾ ਲਾਂਗੇ ਆਪਾਂ, ਅਤੇ ਗੱਲਾਂ ਕਰਦੇ ਹਾਂ ਇੱਕ ਜ਼ਰੂਰੀ ਦੋ ਤਿੰਨ ਤੁਹਾਡੇ ਨਾਲ। ਹਾਂਜੀ, ਸ਼ਕਲ ਮੇਰੀ ਵਧੀਆ ਯਾਰ, ਹਜੇ ਨਹਾਤੇ ਵੀ ਨਹੀਂ, ਅਜੇ ਤਾਂ ਨਹਾਵਾਂਗੇ ਨਾਲੇ ਅੱਜ ਜੇ ਹੋ ਸਕਿਆ। ਵੈਸੇ ਤਾਂ ਮੈਂ ਘਰੋਂ ਨਹਾ ਕੇ ਆਉਣਾ ਹੁੰਦਾ ਕੱਲ੍ਹ ਨੂੰ, ਅੱਜ ਸ਼ਾਮ ਨੂੰ ਜਾ ਕੇ ਨਹਾ ਲੈਣਾ, ਅਤੇ ਐਡਾ ਕੋਈ ਉਹ ਨਹੀਂ, ਬਾਕੀ ਨਹਾਉਣ ਨੂੰ ਬੜਾ ਖੜ ਲੱਗੀ ਹੈ। ਠੀਕ ਹੈ, ਮੂੰਹ ਧੋ ਲਈਦਾ, ਚਮਚਾ ਕੁ ਮਾਚ ਗਿਆ ਮੁੰਡੇ, ਉਹ ਕਾਟਾ ਪੈ ਗਿਆ ਬਹੁਤ ਵੱਡਾ, ਕਿੱਥੇ ਰੱਖ ਲਿਆ। ਹਾਂ ਪਿਆ, ਹਾਂ ਬਾਈ, ਲਓ ਜੀ। ਜੇ ਤੁਸੀਂ ਜਰਮਨ ਪੜ੍ਹਦੇ ਹੋ, ਜੇ ਤੁਸੀਂ ਮਲੇਸ਼ੀਆ, ਕਨੇਡਾ, ਅਮੈਰੀਕਾ ਕਿਤੇ ਵੀ ਹੋ, ਪ੍ਰਾਈਵੇਟ ਅਕੈਡਮੀ ਹੋ ਗਈਆਂ, ਇਹਨਾਂ 'ਚ ਆਉਣ ਤੋਂ ਪਹਿਲਾਂ ਇਹਨਾਂ ਬਾਰੇ ਪੜਤਾਲ ਕਰ ਲਿਆ ਕਰੋ ਵੀ ਪ੍ਰਾਈਵੇਟ ਕਾਲਜ ਅੱਗੇ ਕਿਹੋ ਜਿਹਾ। ਤੁਹਾਨੂੰ ਬਹੁਤ ਲੁੱਟ ਰਹੇ ਨੇ, ਜਵਾਕਾਂ ਨੂੰ ਫਸਾ ਦਿੰਦੇ ਨੇ ਬਾਹਰ ਜਾ ਕੇ, ਅਤੇ ਇਹ ਗੱਲਾਂ ਦਾ ਖਾਸ ਖਿਆਲ ਰੱਖਿਓ। ਅਤੇ ਮੈਂ ਵੀਡੀਓ ਬਣਾਊਂਗਾ, ਨੈਕਸਟ ਵੀਡੀਓ ਸ਼ਾਇਦ ਆਪਣੀ ਇਸੇ 'ਤੇ ਆਵੇ, ਵੀ ਕਿਹੜਾ ਕਾਲਜ ਲੈ ਕੇ ਆਈਏ, ਕੈਨੇਡਾ ਕੈਨੇਡਾ ਅੰਟਾਰੀਓ ਕਿਹੜਾ ਕਾਲਜ ਵਧੀਆ, ਕਿੰਗਸਟਨ ਜੇ ਘੱਟ ਬੈਂਡ ਆਏ ਤਾਂ ਕਿਹੜਾ ਪ੍ਰੈਫਰ ਕਰੀ, ਆਈਲੈਟਸ ਕਰੀ, ਇਹਦੀ ਆਪਾਂ ਵੀਡੀਓ ਬਣਾਵਾਂਗੇ। ਅਤੇ ਡੋਂਟ ਵਰੀ, ਆਪਾਂ ਤੁਹਾਨੂੰ ਤੁਹਾਡਾ ਨੁਕਸਾਨ ਨਹੀਂ ਹੋਣ ਦੇਣਾ, ਠੀਕ ਆ। ਅਤੇ ਬਾਕੀ ਇੱਕ ਸਾਨੂੰ ਥੋੜ੍ਹੀ ਜਿਹੀ ਬੇਨਤੀ ਆ, ਸਾਰੇ ਮੈਨੂੰ, ਮੈਂ ਉਹ ਇੱਕ ਬੰਦਾ ਖੜ੍ਹਾ ਕਰਕੇ ਕਹਿ ਦੇ ਵੀ ਮੈਂ ਉਹਦਾ ਜਵਾਬ ਨਹੀਂ ਦਿੱਤਾ, ਹਰ ਇੱਕ ਦਾ ਜਵਾਬ ਦਿੰਦਾ, ਕਿਉਂਕਿ ਮੈਂ ਚੈਨਲ ਤੁਹਾਡੇ ਵਾਸਤੇ ਕ੍ਰੀਏਟ ਕੀਤਾ, ਆਪਦੇ ਵਾਸਤੇ ਨਹੀਂ ਕੀਤਾ। ਜਿਨ੍ਹਾਂ ਦੇ ਅੱਜ ਚੈਨਲ ਬਣੇ ਹੋਏ ਨੇ ਤੁਹਾਡਾ ਜਵਾਬ ਨਹੀਂ ਦਿੰਦੇ, ਤੁਸੀਂ ਉਹਨੂੰ ਲੰਡੂ ਸਮਝਦੇ ਆ। ਫਰਕ ਕੀ ਹੈ ਤੁਹਾਡੇ 'ਚ, ਉਹਨਾਂ 'ਚ ਉਹ ਬਾਹਰ ਨੇ, ਤੁਸੀਂ ਉੱਥੇ ਕੈਨੇਡਾ, ਤੁਸੀਂ ਇੰਡੀਆ, ਬਸ ਉਹ ਕੈਨੇਡਾ ਕੰਟਰੀ, ਇੰਨੀ ਫਰਕ ਆ। ਤੁਸੀਂ 10 ਗੁਣਾ ਬੈਟਰ ਹੋ ਉਹਨਾਂ ਨਾਲੋਂ। ਮੈਂ ਵੀ ਜੇ ਮੈਂ ਕੈਨੇਡਾ, ਮੇਰੇ ਕੋਲ ਕਿਹੜਾ ਪ੍ਰਾਪਤੀ ਆ, ਤੁਸੀਂ ਜੇ ਇੰਡੀਆ ਬੈਠੇ ਹੋ, ਮੁਲਕ ਤਾਂ ਉਹੀ ਆ, ਬਸ ਠੀਕ ਆ, ਚਲੋ ਮੰਦੀ ਦੀ ਮਾਰ ਹੇਠ ਆ, ਕੋਈ ਚੱਕਰ ਨਹੀਂ, ਸਰਕਾਰਾਂ ਮਾੜੀਆਂ ਨੇ, ਪਰ ਜਿਹੜਾ ਤੁਹਾਡੇ ਲੋਕਾਂ ਨਾਲ ਜਵਾਬ, ਹੁਣ ਇੱਕ ਬੰਦੇ ਬੈਠੇ ਨੇ, ਤੁਸੀਂ ਇਹਨੂੰ ਬੁਲਾਈ ਚੱਲੋ, ਉਹ ਜਵਾਬ ਨਾ ਦੇਵੇ ਤਾਂ ਤੁਹਾਡੀ ਇਨਸਲਟ ਆ ਨਾ। ਹੁਣ ਤੁਸੀਂ ਯੂਟਿਊਬਰਾਂ ਨੂੰ ਜਾਂ ਮੈਸੇਜ ਕਰਦੇ, ਤੁਹਾਡਾ ਜਵਾਬ ਨਹੀਂ ਦਿੰਦੇ ਕਿਤੇ ਨਾ ਕਿਤੇ, ਤਾਂ ਆਪਾਂ ਫਾਲਤੂ ਨਹੀਂ ਬਣਨਾ, ਲੋੜ ਨਹੀਂ ਅਗਲੇ ਨੂੰ ਮੈਸੇਜ ਕਰਨ ਦੀ। ਫਰਕ ਕੁਛ ਨਹੀਂ ਪਤਾ ਉਹਨਾਂ ਨੂੰ, ਸਿਰਫ ਵੀਜ਼ਾ ਲੱਗਿਆ, ਬਸ ਵੀਜ਼ਾ ਲੱਗ ਕੇ ਆਪਾਂ ਲੋਕਾਂ ਨੂੰ ਹੀਰੋ ਬਣਾ ਦਿੰਦੇ ਹਾਂ। ਵੀਜ਼ਾ ਲੱਗਣਾ ਕਨੇਡਾ ਆਉਣਾ ਵੱਡੀ ਗੱਲ ਨਹੀਂ, ਨੋਰਮਲ ਆ, ਦੁਨੀਆ ਹੀ ਜਾਂਦੀ ਆ। ਕੰਟਰੀ ਟੂ ਕੰਟਰੀ ਆਉਣਾ ਕੋਈ ਪ੍ਰਾਪਤ ਥੋੜ੍ਹੀ ਆ, ਬੰਦਾ ਕੋਈ ਪੜ੍ਹ ਲਿਖ ਕੇ ਵੱਡੇ ਆ, ਉਹਦੇ 'ਤੇ ਲੱਗ ਗਿਆ ਬਹੁਤ ਵੱਡਾ ਬੰਦਾ ਬੀਜੀ ਆ, ਠੀਕ ਆ। ਦਿਨ ਵਿੱਚ ਦੀ 5-5 ਦੀ ਵੀਡੀਓ ਪਾਉਂਦੇ ਨੇ, ਜੇ ਤੁਹਾਡੇ ਜਵਾਬ ਨਹੀਂ ਦੇ ਸਕਦੇ, ਵੀਡੀਓ ਐਡਿਟ ਕਰਨ 'ਤੇ, ਵੀਡੀਓ ਬਣਾਉਣ 'ਤੇ ਕਿੰਨਾ ਟਾਈਮ ਲੱਗਦਾ ਹੈ ਨਾ, ਜੇ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਰਹੇ, ਇਟ ਮੀਨਸ ਯਾਰ ਤੁਸੀਂ ਫਾਲਤੂ ਬਣਾਈ ਜਾਂਦੇ। ਤੁਹਾਨੂੰ ਬਿਨਾਂ ਗੱਲ ਤੋਂ ਮੈਨੂੰ ਕਿੰਨੇ ਮੈਸੇਜ ਕਰਦੇ, ਤੁਸੀਂ ਜਵਾਬ ਦੇ ਦਿੰਦੇ ਹੋ, ਦੇਣਾ ਪੈਂਦਾ ਜਵਾਬ ਤੁਹਾਡੇ ਵਾਸਤੇ ਕ੍ਰੀਏਟ ਕੀਤਾ ਚੈਨਲ, ਮੈਂ ਆਪਦੇ ਵਾਸਤੇ ਥੋੜ੍ਹੀ ਕੀਤਾ, ਉਹਨਾਂ ਨੇ ਆਪਦੇ ਵਾਸਤੇ ਕੀਤਾ ਹੋਊ ਸ਼ਾਇਦ, ਪੈਸੇ ਆਉਂਦੇ ਨੇ ਠੀਕ ਆ, ਪਰ ਚੈਨਲ ਤੁਹਾਡੇ ਵਾਸਤੇ ਆ, ਮੇਰੇ ਵਾਸਤੇ ਨਹੀਂ ਹੈਗਾ। ਮੈਨੂੰ ਪਤਾ ਇੰਡੀਆ ਤੋਂ ਲੋਕ ਮੂਰਖ ਬਣਾਉਂਦੇ ਨੇ, ਮੈਂ ਤਾਂ ਇੱਥੇ, ਮੈਨੂੰ ਪੁੱਛ ਲੈਂਦੇ ਲੋਕ, ਬਾਈ ਯਾਰ ਤੂੰ ਦੱਸ ਦੇ, ਸੱਚ ਦੱਸ, ਸੱਚ ਦੱਸੋ ਨਾ ਆਪਾਂ, ਠੀਕ ਆ। ਜਿੰਨਾ ਕੁ ਹੋ ਸਕੇ ਆਪਾਂ ਹੌਲੀ 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 ਤੁਹਾਨੂੰ ਸਭ ਦਿਖਾ ਦੇਣਾ, ਠੀਕ ਆ। ਪਿੰਡਾਂ 'ਚ ਉੱਠੇ ਹਾਂ ਆਪਾਂ ਸ਼ਹਿਰਾਂ ਵਾਲਿਆਂ ਨੂੰ ਵੀ ਓਨਾ ਹੀ ਕਰਦੇ ਹਾਂ, ਪਿੰਡਾਂ ਵਾਲੇ ਵੀ ਓਨਾ ਕਰਦੇ ਹਾਂ, ਪਰ ਫੁਕਰੀਬਾਜ਼ੀ ਤੋਂ ਨਹੀਂ ਆਪਣਾ ਹੁੰਦੀ ਨਹੀਂ, ਨਾ ਬੱਜੇ ਨਾ ਉੱਥੋਂ ਜਿਹੜੇ ਹੈਗੇ ਤੁਹਾਡੇ ਸਾਹਮਣੇ ਆ। ਅਜੇ ਕੋਲਡੀ ਵੀ ਨਹੀਂ ਕੀਤੀ ਭਰਾਵੋ, ਮੈਂ ਹੀ ਹਾਂ, ਮੈਂ ਬਿਨਾਂ ਕੋਲਡੀ ਕਰੀ ਚਾਹ ਪੀ ਲੈਣਾ ਤੁਹਾਡੇ ਵਰਗੇ, ਮੈਨੂੰ ਪਤਾ ਤੁਸੀਂ ਵੀ ਇਹੋ ਜੀ। ਚੱਲ ਦਲੀਆ ਖਾ ਲਈਏ, ਸੀਰ ਬਣਾਈਏ, ਅਤੇ ਚਾਹ 'ਚ ਛੁੱਟੀਏ, ਚਾਹ ਹੱਡਾਂ 'ਚ ਜਾਊਗੀ, ਫਿਰ ਦੇਖੇ ਬੋਲਦੇ, ਕਰਦੇ ਹਾਂ ਗੱਲਾਂ, ਸਟੇ ਟਿਊਨਡ। ਲਓ ਵੀ ਗੇਮ ਪੈ ਗਈ, ਜਿਹੜਾ ਨੈਕਸਟ ਲੋਡ ਸੀ ਆਪਣਾ ਉਹ ਹੈਗਾ ਦਵਾਈਆਂ ਦਾ, ਅਤੇ ਉਹਨਾਂ ਨੂੰ ਸਾਫ਼ ਟ੍ਰੇਲਰ ਚਾਹੀਦਾ ਸੀ, ਅਤੇ ਇਹਨਾਂ ਨੇ ਮਹਾਂਪੁਰਸ਼ਾਂ ਨੇ ਝਾੜੂ ਲਾਤਾ ਮੇਰੇ ਟਰੱਕ 'ਚ, ਦੇਖ ਲਓ। ਹੁਣ ਇਹ ਆਪਾਂ ਸਾਫ਼ ਕਰਨਾ, ਟੈਨਸ਼ਨ ਲੈਣ ਦੀ ਲੋੜ ਨਹੀਂ, ਚਾਹ ਹੈਗੀ ਆਪਣੇ ਕੋਲ ਘਰ ਦੀ ਬਣਾਈ ਹੋਈ, ਕੱਪ ਬੇਸ਼ੱਕ ਟਿਮ ਵਾਲਿਆਂ ਦਾ, ਚਾਹ ਆਉਂਦੀ ਆ। ਲਓ ਜੀ ਕਰੀਏ ਸਾਫ਼, ਟ੍ਰੇਲਰ ਸਾਫ਼ ਕਰ ਲੈਂਦੇ ਹਾਂ। ਟ੍ਰੇਲਰ ਸਾਫ਼ ਕਰਦਿਆਂ ਸਾਰੀ ਮੈਡੀਸਨ ਚੱਕਣੀ ਆ,
होप कि वह एक्सैप्ट कर लैन अपना लोड तो नाल चाह हैगी फटे चक देंगे आप कोई चक्री नहीं चाह तो फिर पंजाबियों की पहली जान नशे ही है ना करता सेकंड टू सेकंड ट्रेलर साफ करता जी आप लोड चकना आ गए डाक दे रही है गुड्डी अपन ट्रक अपना वो बड़ा क्लीन कर खड़ाता तो मौसम कहूँ पुछना कलार की है लो जी ये बैक लाने से इतने मैं गलती कर बैठा कि मैं इतों सीधा जे मैं आपदे पास बैक ला बना के तो सही लगती सी तो मैं आपके जानू कार मंगू पूरा घुमा के सीधा कर लिया ट्रक मूहे ट्रक लगे हुए थे तो बैक लाने मैं बहुत औखी हो गई तो मैं पुलों से पुलों मारी गया इदा बंदा औखा हो जाता सो हमेशा सीधम सीधा लिया के एल ला एल बैक बना के एल बना के बैक ला लो चलो जी फिर भी लग गई सी तो हुण देखते हैं कि बनता लो जी लोड हो चुके अमेरिका का झंडा झूम रहा कहिंदा जा भी पिंड जा आपदे तो सामने सिक्योरिटी गार्ड टोबा भी देख सकते हो तुसीं अमेरिका वाले का टोबा ठीक है इत्थों हैगी आपां नूं 9 घंटे की वाट 614 मीला ने 11 क बजे पहुँच जाएंगे होप सो तो फिर गाह चले जाना नज़ारा नज़ारा ही है बई अमरीका अमरीका ही है बई सिरा सिरा ही है सिरा सिरा ही है सिरा सिरा ही है ताड़ियाँ 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 उबालिए तेल वैसे तो अद्धी टंकी पई है पर फिर भी दो उबालिए इस बार तेल थोड़ा जबद खादा आई डोंट नो वाई पर देखते हैं तेल पवाने नाल नहा लैने इतने तेल पवाने नाल आपां नूं नाल तां $4-5 फ्री च मिलणगे मतलब पॉइंट उहदे आपां चीज भी लै सकते हैं तो आपां नहा सकते हैं आपां ड्रिंक लै सकते हैं पीण नूं सो ट्रक खड़े भाई स्टॉप से अपने ग्रेड गेयर गेयर ग्रैंड हो जाए औखा वाला होगा ना कहना क्या हट पाल क्या वीडियो बाद च बना ली कहना ऐ कहना हूँ ऐ पता ही नहीं भी जट सिद्धू मूसे वाला लै भाई कितने जलवाओगे आखड़ा पीटर बैल्ट थोड़ा किड़ा मर दे किड़ा खाली है भाई किड़ा खाली है किड़ी हैल खाली है किड़ी हैल खाली है वे किड़ी हैल खाली है ओ हैल खाली है वे ओ हैल खाली है मेरा टिप्पे आंदे विच पिंड कुड़े मुंडे फैन ने थों दे शहर लो जी को आइए तेल हम दोने पास हम इस गर्मी में बिल्कुल मर चुके हैं एरिजोना जंगलों की जो गर्मी है बंदे को खा जाती है इतनी गर्मी है आप देख सकते हो सूरज बिल्कुल सिर के ऊपर है हम खंगर हो गए हैं गर्मी अभी नहा धो के खेल जाएंगे हम खेल अच्छे मुंडे बन जाएंगे चल नहाइए किसी गोरी गारी इंप्रेस कर दें फिर अज लो जी ये शॉप तो अपने शावर का लिंक तो शावर लेना 3 लक्की नंबर लक्की लुकी वैसे कुछ नहीं तो कोड भर देना जो कोड एक्सपायर हो जाए दोबारा भी दे देने कई बार बंदा ट्रक च बैठा 10 मिनट वेट बद हो जाते सो अंदर चली गए जी ना आके सोहने बन के गल कर दें हाँ जी पेट्रो तो रोक गए पेट्रो तो रंडियाले वाले का पेट्रो जो मशहूर होंगे पेट्रो ये तो आप एक तो रेल गड्डी लंघी जाती रेल गड्डी इतने आप एक तो गेयर लैना बड़ा गेयर क्राउन शॉप देखनी हैगी एक नहीं अंदर तो फिर आप अगे चलते हैं तो एक होर खबर आई है डिस्पैच वालों डिस्पैच कहती भी जी तुम मोन्ट्रियल जाना सो मैं जाता हुआ घर खड़ के जाऊँगा घर के सामने गली है गली ट्रक पार्क करूँगा रोटी पानी लैके आपका बस कर मां टप जा रोटी पानी लैके आपका आप फिर जाड़ जाके सौ जाएंगे हो सके घर सौ जाएंगे 2-4 घंटे क्योंकि कल फिर मैं पता लॉ बुक पेपर लॉ बुक ही चलावे आप क्योंकि घंटे तो रात में पूरे जाएंगे 3-4 घंटे सौ के फिर गांह निकलते हैं मोन्ट्रियल मोन्ट्रियल फिर आप जो अमेरिका चढ़ जाएंगे फिर अपनी लॉ बुक दोबारा स्टार्ट होजू मोन्ट्रियल तो फिर आप जाना अमेरिका अमेरिका तो वापस फिर कनेडा बिजली पाया मोन्ट्रियल जाना इस बार तो ट्रिप आप आ गई क्योंकि इस टाइम लोड बढ़िया पे बंदे घट ने ट्रकों के लाइसेंस तो बहुत ले फिरते पर गल तो वही है इन्हों डर हों भी नवा बंदा ट्रक ना ठोक दे यार सो तां करके हुण आपां जाना बार्डर कोल ही आ
रात जाते समान समून ला जाएंगे तो फिर आप अगे चलते हैं मोन्ट्रियाल में। ठीक है लो जी आप हम चाह बना लिए गुड़ वाली, गुड़ वाली चाह बना जी वाला करी जाता गुड़ वाली चाह पीने यार। सो आप हम गुड़ वाली चाह बनाने तो एक छोटे वीर सारे बेनती है बड़े भरा जिहड़े भी हैगे ने मैं बुक्स वाली वीडियो पाई सी ना बुक्स के नाम लिखे हुए थे तुसीं उन्हां नूं फोन ना करो जी मेरे तक कम आ मेरी मैनूं कमेंट च करो मैं हर एक बंदे सिंगल बंदे का जवाब दिंदा कृपा करके इन्नी क बेनती करो उन्हां नूं बेचारां नूं परेशान ना करो ना जे बुक्स मंगाउणियां ने फिर उन्हां नूं फोन कर लो ठीक है बस इन्नी क बेनती आपां थोड़ा सारा जवाब दिंदे आपां कहड़ा दूजे यूट्यूबर वर्गे थोड़ा जवाब नहीं दिंदे राइट गुड़ पा लईए आपां गुड़ आपां आए अज पूरा खेत वाला स्वाद लैणा पूरा जो खेत होंगे सी अपना असी नरमा चुगते होंगे जो झोलियां बन के तो उदो मतलब खेत उदा भी हम सारा टब्बर सारा खेती करता सा 35-36 जणा दे टब्बर साडा खेती करते फिर खेत होंगे सी खेत की चाह बड़ा भाई गुड़ वाली स्वाद ही बखरा होंगे सी वो जी गल तो नहीं बननी पर बना के दे दें। सो बस ये भी मैसेज मैनू ही कर लिया करो उन्होंने बइयां नूं तंग गल ये करनी सी भी जे थोनू चैनल दे कोई बकवास लगती है ना गल जिहड़ी तुकी नहीं बनती जिन्हों कहते भी सेंसी नहीं बनती जिहड़ी चीज़ हो ही नहीं सकती थोनू लगता भी गप मारी जांदा बंदा बैठा है तो अपना चैनल अनसबसक्राइब कर दे जो मर्जी कोई चक्कर नहीं है ना वीडियो अनलाइक कर दे कोई चक्कर नहीं मैनू पता वीडियो तो मेरी उही अनलाइक कर देने खास करके मेरे रिश्तेदार क्योंकि रिश्तेदार हरेक दी आए होंदे ने वो बेचारे होश तो कुछ कर नहीं सकते पढ़ास तो कढ़ नहीं सकते फिर अनलाइक करके पढ़ास कढ़ देंगे ने तो जिस ये गल करदा भी जे सोनू मेरी यूट्यूब ते मान लो वीडियो पाउना मैनूं सारे कहिंदे ने तू वधिया पाउना वो तां लगदा क्योंकि सोनू क्योंकि जिहड़ियां प्रॉब्लमां दोस्तों तुसीं फेस कर रहे हो ना मैं कीतियां होईयां ने सोनू वीडियो बनाऊंगा किन्नी मैं स्ट्रगल करके आया इत्थे किन्ने साल मैं धक्के खाधे मैं सोनू सारा कुछ दसूँ एक वारी आईलैट्स करके नहीं आ गया मैं कि मैं कि पहला भी मैं जिदा मैं एम ए करता करता अपनी हिस्टरी की एम ए कर रहा किधर द किधर उस मैं सारी बनाऊंगा क्योंकि मैं सोडे वाली स्थिति चुन गया तुम बहुत यूट्यूबर मैसेज करते हो मैसेज ता जवाब नहीं देंगे क्योंकि उन्होंने लगता उन्होंने वीजा ला के आ गए हूँ आपको पता भी वीजे किमें लोगों तो पैसे कट्ठे करी देने किमें सारे रिफ्यूज हो जाते हैं कि करिए जो साढ़े पांच एक चो बैंड आ जाते हैं फिर बंद का वीजा नहीं लगता ये गल् मैं फेस कीतिया हुई ने मैं सब पता है ना सोडा आपका चैनल आई मैसेज जो मर्जी करो भरा समझ के आपां सोडे वर्गे कोई हाई एंड उच्चा कोई गलबात है नहीं लोग तो आईलैट्स करके गल कर हट जाते हैं पर गल ये है भी थोनू जो कोई माड़ी गल लगती कोई गल नहीं जो मर्जी चैनल अनसबसक्राइब कर दे कोई प्रैशर नहीं चंगा लगता लाइक करा करो वीडियो शेयर कर दिया करो ठीक है थोड़े डिपेंड करता वीडियो तुम मैं पता लाइक तो कर ही दें आप ही बहुत प्यार दें मैं तो वीडियो पाँगा नहीं हूँ पाँव लग गया हूँ पाया करा वीडियो कोई गल नहीं हर एक सच्ची गल थोड़े को पहुँचूगी असली ट्रुथ है की आ बिहाइंड दी सीन दिखावा कनेडा दे जिहड़े एजेंट मूर्ख बनाउंदे आ चलो जी कोई गल नहीं आपां अंदर चलदे आ जो ये दा भाई है जी आ ट्रक भी अपने दा मॉडल पुराना आ हैगा जी लोहा डैक इहदे समान जांदा इहदे पैसे बहुत बनदे आ ये अपने नाल दा ही है वैसे आ भी लाओ भाई ओनली फॉर कैनेडा कैनेडा ओनली कैनेडा सामने ब्रिज आ $17 दे के 15 आप ब्रिज क्रॉस करके बॉर्डर पार कर लेना ठीक है जी मिलते हैं बॉर्डर के उस पार ये लास्ट है जेटा अमेरिका च रहना नहीं तुम्हें पता ही है दोस्तों आप घर के घर अपना है 4 किलोमीटर इतों 5 खूगा तो आप बार बार मेरा पिंड है इतने बलिंगटन बार बार आप पार्क कर लिया ट्रक सेफ जगह पर तो आप फिर भज के नहा धो के वापस आ जाएंगे पजाड़ जा बहर जाके सौ जाएंगे तो यह ट्रिप आप वीडियो आप इतने एंड कर देंगे क्योंकि बड़ी हो जाए वीडियो फिर वाली तो आप उबर से चल जाएंगे तो बाद आ जाएंगे तो बहुत एक गल मैं क्लीयर करनी चाहना बहुत सोचते हो जो झाड़ू लाया से ना मैं ट्रेलर च वो तो ला लिया क्योंकि जे मैं ना लाता तो मैं गिला ट्रेलर लेके आता तो मैं मैं लेट हो जाता सो ये सोचना लेके आया भी सूँ कम सारे करने पैदा कोई चक्कर नहीं बहुत ट्रक ड्राइवर नहीं कराते आपका नुकसान होंगे आपका
ਸੋ ਆਪਾਂ ਘਰੇ ਚੱਲ ਗਏ ਜੀ ਰੋਟੀ ਪਾਣੀ ਖਾ ਕੇ ਨਾ ਤੋ ਕੇ ਫਰੈਸ਼ ਹੋ ਕੇ ਫਿਰ ਆਪਾਂ ਮੌਂਟਰੀਅਲ ਮੌਂਟਰੀਅਲ ਟੂ ਯੂਐਸਏ ਯੂਐਸਏ ਟੂ ਕੈਨੇਡਾ ਬਾਇਆ ਮੌਂਟਰੀਅਲ ਜਾਣਾ ਠੀਕ ਹੈ ਜੀ ਬਾਏ ਬਾਏ ਲਵ ਯੂ ਸਾਰਿਆਂ ਨੂੰ ਇੱਦਾਂ ਹੀ ਪਿਆਰ ਕਰਦੇ ਰਹੋ ਓਕੇ ਟੇਕ ਕੇਅਰ ਸਾਰਿਆਂ ਬਾਏ ਬਾਏ।